ਭਗਤ ਸਿੰਘ ਦਾ ਸੰਬੰਧ ਉਸ ਪੰਜਾਬ ਦੀ ਧਰਤੀ ਨਾਲ ਹੈ ਉਸ ਗੈਰਤ ਦੀ ਧਰਤੀ ਨਾਲ ਹੈ ਜਿੱਥੇ ਦੁਸ਼ਮਨ ਨੂੰ ਵੰਗਾਰਿਆ ਜਾਂਦਾ ਜਿੱਥੇ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਵੰਗਾਰਿਆ ਉਸ ਉਹਨਾਂ ਹੀ ਪਰਵਾਰਾਂ 'ਚ ਉਹਨਾਂ ਦੀ ਪਰਵਰਿਸ਼ ਜਿਹੜੀ ਆ ਹੁੰਦੀ ਹੈ ਬਾਅਦ ਵਿੱਚ ਉਸ ਦੇ ਨਾਲ ਨਾਲ ਜੋੜ ਕੇ ਕਾਮਰੇਡਾ ਨੇ ਮੈਂ ਨਾਸਤਕ ਕਿਵੇਂ ਬਣਿਆ ਜਿਹਦੇ ਨਾਲ ਕੋਈ ਉਹਦਾ ਤਾਲੁਕ ਜਿੰਨੀਆਂ ਜੇਲ੍ਹ ਤੋਂ ਚਿੱਠੀਆਂ ਭਗਤ ਸਿੰਘ ਆਪਣੀ ਮਾਂ ਜਾਂ ਜਿਹਦੇ 'ਚ ਆਪਣੀ ਪੈਣ ਨੂੰ ਵੀ ਐਡਰੈਸ ਕਰਦਾ ਸੀ ਉਹਦੇ ਉੱਤੇ ਹੀ ਕੌੰਕਾਰ ਲਿਖਿਆ ਹੁੰਦਾ ਸੀ ਇਹ ਜਿਹੜੀ ਸਾਰੀ ਰਾਸ਼ਟਰਵਾਦ ਦੇ ਨਾਂ ਥੱਲੇ ਭਾਰਤ ਮਾਤਾ ਦੇ ਨਾਂ ਥੱਲੇ ਔਰ ਇੱਕ ਆਰਟੀਫੀਸ਼ੀਅਲ ਜ਼ਾਰ ਹੈ ਭਗਤ ਸਿੰਘ ਵੀ ਉਦੀ ਸਪੈਲ ਚ ਆਇਆ ਤੇ ਜੋ ਹੀ 1917 ਦਾ ਰੂਸੀ ਇਨਕਲਾਬ ਹੁੰਦਾ ਨਜ਼ਰ ਆ ਗਿਆ ਕਿ ਭਾਈ ਕਿਰਤੀ ਕਿਸਾਨ ਦੂਜੇ ਤੀਜੇ ਉਹ ਉਹਦੇ ਵੱਲ ਵੀ ਝੁਕਿਆ ਲਾਂਦੀ ਤੇ ਭਗਤ ਸਿੰਘ ਦਾ ਕੀ ਸੰਬੰਧ ਹੈ ਆਈਡੀਓਲੋਜੀਕਲੀ ਭਗਤ ਸਿੰਘ ਉਸ ਥਾਟ ਨੂੰ ਲੈ ਕੇ ਤੁਰਦੇ ਜਿਹੜਾ ਥਾਟ ਭਗਤ ਸਿੰਘ ਦੇ ਪ੍ਰੀਡੈਸੈਸਰ ਕੌਣ ਨੇ ਉਹਨਾਂ ਦੀ ਸਭ ਤੋਂ ਵੱਡੀ ਮੋਟੀਵੇਸ਼ਨ ਕੌਣ ਹੈ ਉਹ ਸ਼ਹੀਦ ਕਰਤਾਰ ਸਿੰਘ ਸਰਾਭ ਜਿਹੜੀਆਂ ਉਹਨਾਂ ਦੀ ਲਿਖੀਆਂ ਇਹ 17 ਸਿੱਖ ਸਰਾਬੇ ਦੀਆਂ ਕਿ ਸੇਵਾ ਦੇਸ਼ ਦੀ ਜਿੰਦੜੀ ਹੈ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਇਹ ਸਭ ਤੋਂ ਫੇਵਰਿਟ ਭਗਤ ਸਿੰਘ ਦੀਆਂ ਲਾਈਨਾਂ ਹੈ ਰਾਮੇਬਾਜ਼ੀ ਤਾਂ ਪੂਰੀ ਹੋ ਰਹੀ ਹੈ ਕਿ ਭਾਈ ਕਿਵੇਂ ਭਗਤ ਸਿੰਘ ਨੂੰ ਹੁਣ ਇਹ ਕੇਜਰੀਵਾਲ ਤੇ ਭਗਵੰਤ ਮਾਨ ਨੇ ਪੇਟੈਂਟ ਕਰਾ ਲਿਆ ਉਦਾਂ ਦੀ ਪੱਗ ਵੀ ਉਹਦੇ ਸਿਰ ਤੇ ਆ ਗਈ ਕਟਵੀਂ ਜੀ ਦਾੜੀ ਵੀ ਰੱਖ ਲਈ ਇਹ ਕਹਿਣ ਦੇ ਉੱਤੇ ਕਿਉਂਕਿ ਜੇ ਉਹਨਾਂ ਨੂੰ ਕੱਲ ਸਿੱਖ ਮਰਵਾਉਣੇ ਪਏ ਤੇ ਇਸ ਕਿਸਮ ਦੇ ਨੂੰ ਅੱਗੇ ਲਾਣਗੇ ਇਸੇ ਤਰ੍ਹਾਂ ਭਗਵੰਤ ਮਾਨ ਦੇ ਸਿਰ ਤੇ ਵੀ ਪਗੜੀ ਕਿਉਂਕਿ ਇਹ ਜਿਹੜੇ ਬਹੁ ਰੁਪਈਆ ਹੁੰਦਾ ਇਹਨਾਂ ਦੀ ਕਨਵੈਕਸ਼ਨ ਕੋਈ ਨਹੀਂ ਹੈ ਸਿਰਫ ਤੇ ਸਿਰਫ ਗੰਦੀ ਭੈੜੀ ਸਿਆਸਤ ਔਰ ਉਹਦਾ ਨਾਮ ਵਰਤ ਕੇ ਤੁਸੀਂ ਖੜਕਣ ਕਲਾ ਜੀ ਹਰ ਕੋਈ ਚੀਫ ਮਿਨਿਸਟਰ ਬਣ ਗਿਆ ਪੰਜਾਬ ਦਾ ਉਹ ਚੀਫ ਮਿਨਿਸਟਰ ਕਿੱਥੋਂ ਉਹਨਾਂ ਨੂੰ ਇਵਨ ਪਿੰਡ ਵਾਲਿਆਂ ਨੂੰ ਵੀ ਔਰ ਭਗਤ ਸਿੰਘ ਦੇ ਇਮੀਡੀਏਟ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੂੰ ਵੀ ਪ੍ਰੀਵੀਅਸ ਈਵਨਿੰਗ ਤੱਕ ਸੱਦਾ ਵੀ ਨਹੀਂ ਸੀ ਦਿੱਤਾ ਗਿਆ ਅੱਜ ਭਗਤ ਸਿੰਘ ਹੋਏ ਤੇ ਉਹ ਦੇਖੇ ਗਿਆ ਕਿ ਜੀ ਮੇਰੀ ਭੈਣ ਦੇ ਜਵਾਈ ਨੂੰ ਕਿਵੇਂ ਕੋ-ਕੋ ਕੇ ਪੁਲਿਸ ਨੇ ਮਾਰਿਆ ਔਰ 30 ਸਾਲ ਤੋਂ ਜ਼ਿਆਦਾ ਹੋਣ ਤੋਂ ਬਾਅਦ ਜੇ ਉਨ ਉਸ ਉਹ ਐਸਪੀ ਜਿਹੜਾ ਬਸਰਾ ਸੀ ਉਹਨੂੰ ਅੰਦਰ ਮਿਲਿਆ ਇਹ ਉਹਨੂੰ ਇਹ ਆਣ ਵਾਲੀ ਹਕੂਮਤ ਛੱਡ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਅਦਾਬ ਵਰਜਮਾਤੋਰੀ ਹੋਸਟ ਅਨਿਰਮਕੋਰ ਤੁਮਾ ਚੀਵੀ ਲਈ ਫੋਰ ਦੇ ਸਾਰੇ ਦਰਸ਼ਕਾਂ ਤੇ ਸ੍ਰੋਤਿਆਂ ਨੂੰ ਜੀ ਆਇਆਂ ਕਹਿੰਦੀ ਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਛੁੱਟ ਚੁੱਕੇ ਨੇ ਖਾਲਸਾ ਨੋ ਫੇਸ ਅੰਤਰਦੇਸ਼ਾਂ ਚਲਾਕਟਾ ਮਜੀ ਸਿੰਘ ਜੀ ਸਟੂਡੀਓ ਚ ਮੈਨਾਂ ਸ਼ਾਮਿਲ ਨੇ ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਆਮ ਸ਼ੀਸ਼ੂ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਚਾਹੁੰਦੇ ਆਂ ਜੀਰਾ ਸਾਹਿਬ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਨਿਰਮਲ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਪੈਣਾ ਪਰਾਵਾਂ ਨੂੰ ਅਸਲਾਮੁਅਲਿਕ ਜੀਰਾ ਸਾਹਿਬ ਜੀ ਐਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀਰਾ ਸਾਹਿਬ ਅੱਜ 10 ਮਾਰਚ 2022 10 ਚੇਤ ਨਾਨਕਸ਼ਹੀ ਸਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰਨ ਦਾ ਦਸ ਸੀ ਵੀਅਰਸਾ ਜੇ ਤੁਸੀਂ ਹੱਕ ਸਾਚ ਇਨਸਾਫ ਤੇ ਪੈਰਾ ਦੇੰਦਾ ਇੱਕੋ ਇੱਕ ਚੈਨਲ ਟੀਵੀ 4 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟ੍ਰਮ ਕੇਬਲ ਆਰਸਿੰਗ ਕੇਬਲ ਪਲਫਕਲਨ ਕੈਨੇਡਾ ਰੋਕੋ ਜਾਦੂ ਬਾਕਸ ਅੱਛਾਵਾ ਫੇਸਬੁੱਕ ਤੇ ਵੀ ਰਿਪੋਰਟ ਹੈ ਪ੍ਰਿੰਗ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਸੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਈਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸਾਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਸਨਵਾਤ ਵਾਤੋਂ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸਦੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵੀਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਅੱਜ ਦੀ ਸਪਾਂਸਰਸ਼ਿਪ ਬਾਰੇ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟ੍ਰਾਂਟੋ ਤੋਂ ਸਰਦਾਰ ਬਲਵਿੰਦਰ ਸਿੰਘ ਜੀ ਵੱਲੋਂ ਔਰ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਅੱਜ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਦਾ ਦਿਨ ਹੈ ਅਤੇ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਦੀ ਸੋਚ ਤੇ ਪੈਰਾ ਦੇਣ ਦੀਆਂ ਜੜੀਆਂ ਸੌਆ ਖਾ ਕੇ ਵਾਦੀ ਕੀਤੇ ਹਨ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਭਗਤ ਸਿੰਘ ਤਾਂ ਸਥਾਪਤਵਾਦ ਅਤੇ ਕਾਰਪੋਰੇਟ ਕਲਚਰ ਦੇ ਖਿਲਾਫ ਸੀ ਸ਼ੁਰੂਆਤ ਵਿੱਚ ਕੇਜਰੀਵਾਲ ਵੱਲੋਂ ਲੋਕਪੱਖੀ ਅਤੇ ਕਾਰਪੋਰੇਟ ਖਿਲਾਫ ਸਟੈਂਡ ਲਿਆ ਗਿਆ ਪਰ ਅੱਜ ਗਰਾਊਂਡ ਪਾਲਿਸੀ ਕੀ ਹੈ ਕਿ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਸੱਚੀ ਭਗਤ ਸਿੰਘ ਦੀ ਸੋਚ ਅਤੇ ਤਰੀਕਿਆਂ ਦੀ ਹਾਮੀ ਹਨ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਵਿੰਦਰ ਸਿੰਘ ਯੋਰਾ ਦਾ ਤੈਦਲ ਤੋਂ ਸ਼ੁਕਰੀਆ ਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋਸੱਚ ਨੂੰ ਵੱਧ ਤੋਂ ਵੱਧ ਸਪான்ਸਰ ਕਰੋ ਸਪான்ਸਰਸ਼ਿਪ ਲਈ ਤੁਹਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਹਾਨੂੰ ਈਮੇਲ ਵੀ ਕਰ ਸਕਦੇ ਹੋ info@tv4tv.tv ਤੇ ਸੋ ਵੀਵਰਸ ਜਿਸ ਤਰ੍ਹਾਂ ਕੇ ਸੰਸਾਰਿਆਂ ਨੂੰ ਪਤਾ ਕਿ ਅੱਜ ਸ਼ਹੀਦ ਭਗਤ ਸਿੰਘ ਦੀ ਰੰਧਾ ਸ਼ਹੀਦੀ ਦਿਨ ਹੈ ਸੋ ਅੱਜ 23 ਮਾਰਚ ਦਾ ਦਿਨ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਹੈ ਔਰ 91ਵਾਂ ਸ਼ਹੀਦੀ ਦਿਨ ਹੈ ਸੋ 23 ਮਾਰਚ 1931 ਨੂੰ ਰਾਜਗੁਰੂ ਸਖਦੇਵ ਅਤੇ ਭਗਤ ਸਿੰਘ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ ਔਰ ਭਗਤ ਸਿੰਘ ਦੀ ਸ਼ਖਸੀਅਤ ਚੜ੍ਹਿਆ ਨੌਜਵਾਨੀ ਲਈ ਇੱਕ ਮੋਟੀਵੇਸ਼ਨ ਰਹੀ ਹੈ ਸੋ ਇਹ ਵੱਖਰੀ ਗੱਲ ਹੈ ਕਿ ਆਰੀਆ ਸਮਾਜਾਂ ਸਮਾਜੀਆਂ ਅਤੇ ਕਾਮレਡਾਂ ਨੇ ਪਗਸ ਸਿੰਘ ਨੂੰ ਆਪਣੇ ਆਪਣੇ ਖਾਤੇ ਵਿੱਚ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੋ ਹੁੰਦੇ ਦੌਰ ਦੇ ਵਿੱਚ ਪਖੰਡੀ ਦੰਬੀ ਤੇ ਲਾਲਚੀ ਅਰਮਿੰਦ ਕੇਜਰੀਵਾਲ ਅਤੇ ਉਸਦੇ ਦੰਮੀ ਭਗਵੰਤ ਮਾਨ ਦੀ ਜਿਹੜੀ ਪੰਜਾਬ ਵਾਲੀ ਟੀਮ ਸ਼ਹੀਦ ਪਗਸ ਸਿੰਘ ਦੇ ਨਾਂ ਵਰਤ ਕੇ ਆਪਣੀਆਂ ਨੀਆਂ ਸਿਆਸੀ ਰੋਟੀਆਂ ਸੇਖ ਰਹੀ ਐ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਆ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਬਤਾਂ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰ ਹਨ ਦੇਖੋ ਤੁਸੀਂ ਬਿਲਕੁਲ ਠੀਕ ਕਿਹਾ ਇੱਕ ਪਾਸੇ ਅੱਜ ਜਦੋਂ ਅਸੀਂ 91 ਵਰੇ ਬਾਅਦ ਉਹਨਾਂ ਮੂਮੈਂਟਸ ਨੂੰ ਜਦੋਂ ਕਿ ਸ਼ਾਦਮਾਨ ਚੌਂਕ ਲਾਹੌਰ ਸਥਿਤ ਲਾਹੌਰ ਜੇਲ੍ਹ 'ਚ ਚੋਰੀ ਛਿਪੇ ਭਗਤ ਸਿੰਘ ਉਹਨਾਂ ਦੇ ਸਾਥੀ ਰਾਜਗੁਰੂ ਸੁਖਦੇਵ ਉਹਨਾਂ ਨੂੰ ਫਾਂਸੀ ਦਿੱਤੀ ਗਈ ਔਰ ਫਿਰ ਉਹਨਾਂ ਨੂੰ ਕਿਵੇਂ ਉਹਨਾਂ ਦੀਆਂ ਡੈੱਡ ਬਾਡੀਜ਼ ਉੱਥੋਂ ਕੱਢ ਕੇ ਸਤਲੁਜ ਦੇ ਕੰਢੇ ਲਿਆ ਆ ਕੇ ਜਿੱਥੇ ਅੱਜ ਹੁਸੈਨੀਵਾਲ 'ਚ ਉਨ੍ਹਾਂ ਦੀ ਯਾਦ ਮੈਮੋਰੀਅਲ ਹੈ ਉੱਥੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਇਕੱਠੇ ਹੋਏ ਅੱਧ ਸੜੀਆਂ 라ਸ਼ਾਂ ਛੱਡ ਕੇ ਉੱਥੋਂ ਦੇ ਪੁਲਿਸ ਗਾਰਡ ਔਰ ਦੂਸਰੇ ਦੌੜੇ ਇਹ ਵੀ ਇੱਕ ਸ਼ਹੀਦਾਂ ਦਾ અપਮਾਨ ਸੀ ਜੀ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਬੇਸ਼ੱਕ ਜਦੋਂ ਅਸੀਂ 71 ਸਾਲ ਬਾਅਦ ਜਿਸ ਥਾਟ ਨੂੰ ਲੈ ਕੇ ਉਸ ਵੇਲੇ ਨੌਜਵਾਨੀ ਤੁਰੀ ਇਸ ਗੱਲ ਦਾ ਧਿਆਨ ਰੱਖ ਤੁਸੀਂ ਠੀਕ ਕਿਹਾ ਕਿ ਲੰਬਾ ਵਕਤ ભગત ਸਿੰਘ ਦੇ ਨਾਂ ਦੇ ਉੱਤੇ આરИА ਸਮਾਜੀਆਂ ਨੇ ਆਪਣੀ ਸਿਆਸਤ ਕੀਤੀ ਕਿਉਂਕਿ ਲਾਲਾ ਲਾਜਪਤਰ ਆਏ ਜਿਹੜਾ ਕਿ આરИА ਸਮਾਜ ਦਾ ਪ੍ਰੋਮਿਨੈਂਟ ਲੀਡਰ ਸੀ ਤੇ ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਜਦੋਂ ਟੂ ਨੇਸ਼ਨ ਥਿਊਰੀ ਦੀ ਗੱਲ ਕੀਤੀ ਜਾਂਦੀ ਹੈ ਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਦਾ ਨਾਂ ਕਾਫੀ 네ਗੇਟਿਵ ਸੈਂਸਸ ਇਸਤੇਮਾਲ ਕੀਤਾ ਜਾਂਦਾ ਹੈ ਪਰ ਉਸ ਤੋਂ ਬਹੁਤ ਪਹਿਲਾਂ ਜਿਵੇਂ ਅਸੀਂ ਸਾਵਰਕਰ ਦਾ ਜ਼ਿਕਰ ਕਰਦੇ ਹਾਂ ਕਿ ਉਹਨੇ ਹਿੰਦੂਤਵਾ ਦਾ ਕਾਨਸੈਪਟ ਦਿੱਤਾ ਜੀ ਪੰਜਾਬ ਦੇ ਵਿੱਚ ਵੀ ਲਾਲਾ ਲਾਜਪਤਰ ਆਏ ਜਿਹੜਾ ਇੱਕ ਪ੍ਰੋਮਿਨੈਂਟ ਆਰੀਆ ਸਮਾਜੀ ਸੀ ਉਸਨੇ ਵੀ ਇਸ ਕਿਸਮ ਦੀ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ ਔਰ ਉਸ ਵੇਲੇ ਦਾ ਮਹਾਸ਼ਾ ਪ੍ਰੈਸ ਜਿਹੜਾ ਲਾਹੌਰ ਦੇ ਵਿੱਚ ਸੀ ਉਹਨਾਂ ਨੇ ਲਾਜਪਤਰ ਆਏ ਨੂੰ ਲੋੜ ਨਾਲੋਂ ਜ਼ਿਆਦਾ ਅਹਿਮੀਅਤ ਦੇ ਕੇ ਜਿਹੜਾ ਪੰਜਾਬ ਕੇਸਰੀ ਉਸ ਨੂੰ ਟਾਈਟਲ ਦਿੱਤਾ ਸੀ ਕੇਸਰੀ ਸੰਸਕ੍ਰਿਤ ਜਾਂ ਹਿੰਦੀ ਦੇ ਵਿੱਚ ਸ਼ੇਰ ਨੂੰ ਕਹਿੰਦੇ ਨੇ ਕਿਉਂਕਿ ਉਦੋਂ ਤੱਕ ਪੰਜਾਬ ਦੀ ਫਜ਼ਾ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕਰਕੇ ਜੋ ਪੰਜਾਬ ਦੇ Hindu ਹੋਣ Sikh ਹੋਣ Musalman ਹੋਣ ਉਸ ਸਾਂਝੇ ਰਾਜ ਨੂੰ ਯਾਦ ਕਰਦੇ ਸੀ ਆਰਿਆ ਸਮਾਜੀਆਂ ਦੇ ਕੋਲ ਕੋਈ ਆਈਕਨ ਨਹੀਂ ਸੀ ਔਰ ਲਾਜਪਤ ਰਾਏ ਨੂੰ ਉਹਦੇ ਜਿਉਂਦੇ ਜੀਵ ਵੀ ਲੋੜ ਤੋਂ ਜ਼ਿਆਦਾ ਉਭਾਰਿਆ ਗਿਆ ਲੇਕਿਨ ਜਿਵੇਂ ਉਸ ਦੀ ਮੌਤ ਬੇਸ਼ੱਕ ਸਾਈਮਨ ਕਮਿਸ਼ਨ ਨਾਲ ਜੋੜ ਕੇ ਕੀਤੀ ਜਾਂਦੀ ਹੈ ਕਿ ਜੀ ਜਦੋਂ ਸਾਈਮਨ ਕਮਿਸ਼ਨ ਆਇਆ ਵਿਰੋਧ ਕੀਤਾ ਉਹਨਾਂ ਦੇ ਲਾਠੀਆਂ ਵੱਜੀਆਂ ਔਰ ਉਹਨਾਂ ਦੀ ਮੌਤ ਹੋਈ ਇਹ ਬਿਲਕੁਲ ਜਿਵੇਂ ਅੱਜ ਅਸੀਂ ਦੇਖਦੇ ਹਾਂ ਕਿ ਇਹਨਾਂ ਦੇ ਕੋਲ ਮੀਡੀਆ ਤੇ ਜਿਸ ਮਰਜ਼ੀ ਕਿਸਮ ਦਾ ਨੈਰੇਟਿਵ ਬਣਾ ਲੈਣ ਜਿਵੇਂ ਹੁਣ ਕਸ਼ਮੀਰ ਫਾਇਲ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਈਵਨ ਜਿਹੜਾ ਇੰਟੈਲੀਜੈਂਸ ਬਿਊਰੋ ਦਾ ਚੀਫ ਰਿਆ ਹੈ ਜੰਮੂ ਕਸ਼ਮੀਰ ਜਬਾਤ ਰਾਜ ਦਾ ਚੀਫ ਤੇ ਤੌਰ ਤੇ ਰਿਟਾਇਰ ਹੋਇਆ ਅਮਰਜੀਤ ਡੁਲਟ ਹਾਲਾਂ ਉਹ ਕੋਈ ਸਿੱਖੀ ਸਰੂਪ ਚ ਵੀ ਨਹੀਂ ਹੈ ਉਹਨੇ ਟੈਲੀਗ੍ਰਾਫ ਨੂੰ ਇੰਟਰਵਿਊ ਦਿੱਤਾ 2 ਦਿਨ ਪਹਿਲਾਂ ਉਹਨੂੰ ਜਦੋਂ ਕਿਹਾ ਕਿ ਜੀ ਤੁਸੀਂ ਕਸ਼ਮੀਰ ਫਾਈਲ ਦੇ ਦੇਖੀ ਹੈ ਔਰ ਤੁਸੀਂ ਤਾਂ ਉਦੋਂ ਇੰਚਾਰਜ ਸੀ ਜਦੋਂ ਉੱਥੋਂ ਕਸ਼ਮੀਰੀ ਪੰਡਤਾਂ ਦੀ ਮਾਈਗ੍ਰੇਸ਼ਨ ਹੋਈ ਉਹਨੇ ਕਿਹਾ ਇਹ ਬਿਲਕੁਲ ਪ੍ਰੋਪਗੈਂਡਾ ਫਿਲਮ ਹੈ ਔਰ ਮੈਂ ਪ੍ਰੋਪਗੈਂਡੇ 'ਚ ਯਕੀਨ ਨਹੀਂ ਰੱਖਦਾ ਔਰ ਉਹਨੇ ਐਕਸਪਲੇਨ ਕੀਤਾ ਕਿ ਭਾਈ ਉੱਥੇ ਸਿਚੁਏਸ਼ਨ ਕੀ ਸੀ ਔਰ ਉਹਨੇ ਕਿਹਾ ਵੀ ਜਦੋਂ ਕਸ਼ਮੀਰੀ ਪੰਡਤ ਉੱਥੋਂ ਗਏ ਤੇ ਜਗਮੂਨ ਜਿਹੜਾ ਉਹ ਬੜਾ ਰਲੀਫਡ ਸੀ ਉਹ ਇਹ ਕਹਿਣਾ ਚਾਹੁੰਦਾ ਹੈ ਕਿ ਵੀ ਔਰ ਇਹ ਜਿਹੜਾ ਉਸ ਮੌਕ ਇੰਟੈਲੀਜੈਂਸ ਬਿਊਰੋ ਦਾ ਚੀਫ ਹੈ ਕਿ ਇਹਨਾਂ ਦਾ ਖੁਦ ਹੀ ਇਸ ਦੇ ਵਿੱਚ ਰੋਲ ਹੈ ਕਿਉਂਕਿ ਉਹਦਾ ਵੀ ਰੋਲ ਹੋਏਗਾ ਉਹ ਕਿਹੜਾ ਬਚ ਸਕਦਾ ਹੈ ਰੋਲ ਤੋਂ ਪਰ ਅੱਜ ਤੁਸੀਂ ਦੇਖੋ ਕਿ ਕਿਵੇਂ ਇਹ ਨੈਰੇਟਿਵ ਇਹ ਭੁੱਲ ਕੇ ਕਿ ਭਾਈ ਜਿੰਨੇ ਕਸ਼ਮੀਰੀ ਪੰਡਤ ਜੇ ਤੁਸੀਂ ਰਾਈਟ ਟੂ ਇਨਫੋਰਮੇਸ਼ਨ ਦੇ ਥੱਲੇ ਜਾਣਕਾਰੀ ਕਢਾਉਂਦੇ ਹੋ ਤੇ ਜੇ 150 ਕਸ਼ਮੀਰੀ ਪੰਡਤ ਮਾਰੇ ਗਏ ਤੇ 1500000 ਮੁਸਲਮਾਨ ਵੀ ਮਾਰੇ ਗਏ ਫਿਰ ਜਿਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ ਨਫਰਤ ਦਾ ਇਹ ਨੈਰੇਟਿਵ ਹੈ ਔਰ ਇਸ ਦੇ ਮਾਸਟਰ ਨੇ ਇਵੇਂ ਹੀ ਜਿਨੇ ਜਿਵੇਂ ਇਹਨਾਂ ਨੇ ਲਾਜਪਤ ਰਾਏ ਨੂੰ ਰਾਤੋ ਰਾਤ ਸ਼ਹੀਦ ਬਣਾ ਦਿੱਤਾ ਹੈ ਹਾਲਾਂਕਿ ਗੱਲ ਸਾਹਮਣੇ ਆਇਆ ਕਿ ਉਹਦੀ ਉਹਦੇ ਈਵਨ ਲਾਠੀ ਵੀ ਨਹੀਂ ਸੀ ਕਿਸੇ ਨੇ ਮਾਰੀ ਉਹਦੇ ਕੋਲ ਛਤਰੀ ਸੀ ਜਿਹਦੇ ਤੇ ਕਿਉਂਕਿ ਲਾਠੀਆਂ ਕੈਰੀ ਨਹੀਂ ਸੀ ਸਾਈਮਨ ਕਮਿਸ਼ਨ ਜਦੋਂ ਆਂਦਾ ਹੈ ਤੇ ਜਿਹੜਾ ਐਸਪੀ ਸਕਾਟ ਹੈ ਔਰ ਬਾਅਦ ਦੇ ਵਿੱਚ ਜਿਹਨੂੰ ਗਲਤੀ ਨਾਲ ਭਗਤ ਸਿੰਘ ਜਾਂ ਉਹਨਾਂ ਦੇ ਸਾਥੀਆਂ ਨੇ ਮਾਰਿਆ ਸੈਂਡਰਸ ਸੈਂਡਰਸ ਦਾ ਤਾਂ ਕੋਈ ਰੋਲ ਹੀ ਨਹੀਂ ਸੀ ਜੇ ਭਗਤ ਸਿੰਘ 23 ਸਾਲ ਦੀ ਉਮਰ 'ਚ ਫਾਂਸੀ ਤੇ ਚੜ੍ਹਦਾ ਤੇ 21 ਸਾਲਾਂ ਦਾ ਸੀ ਸੈਂਡਰਸ ਜਿਹਨੂੰ ਮਾਰਿਆ ਕਿਉਂਕਿ ਉਹ ਉੱਥੇ ਪ੍ਰੋਵੀਸ਼ਨ ਦੇ ਉੱਤੇ ਉਹ ਐਜ਼ ਅ ਪੁਲਿਸ ਆਫੀਸਰ ਉਹਦੀ ਪ੍ਰੋਵੀਸ਼ਨ ਚੱਲ ਰਹੀ ਸੀ ਔਰ ਬਾਈ ਮਿਸਟੇਕ ਕੱਲਾ ਇਹੀ ਨਹੀਂ ਉਹਦੇ ਨਾਲ ਇੱਕ ਹੈੱਡ ਕਨਸਟੇਬਲ ਅਮਰਤਾਜੀ ਸਿੱਖ ਚੰਨਣ ਸਿੰਘ ਜਿਹਨੇ ਬਾਅਦ ਪਿੱਛਾ ਕੀਤਾ ਉਹਨੂੰ ਵੀ ਗੋਲੀਆਂ ਨਾਲ ਉਡਾਇਆ ਹੁਣ ਉਹੀ ਜੇ ਨੈਰੇਟਿਵ ਪੰਜਾਬ ਦੇ ਵਿੱਚ ਸਿਰਜਣਾ ਹੋਏ ਤੁਸੀਂ 80ਵਿਆਂ ਜਾਂ 90ਵਿਆਂ ਦੇ ਜੁਝਾਰੂ ਦੌਰ ਦਾ ਤੇ ਕਿਸ ਕਿਸਮ ਦਾ ਬਣਾ ਦਿੰਦੇ ਨੇ ਕਿ ਜੀ ਕਿਸ ਕਿਸਮ ਦੇ ਉਹਨਾਂ ਨੇ ਕਾਰੇ ਕੀਤੇ ਲੇਕਿਨ ਲਾਜਪਤ ਰਾਏ ਨੂੰ ਵੀ ਸ਼ਹੀਦ ਬਣਾਉਣ ਚ ਇਹਨਾਂ ਦੇ ਮੀਡੀਆ ਦਾ ਹੀ ਰੋਲ ਸੀ ਉਹਦਾ ਕੋਈ ਲਾਠੀਆਂ ਨਾਲ ਲਾਗਾ ਦੇਗਾ ਨਹੀਂ ਸੀ ਉਹ ਤਾਂ ਹਾਰਟ ਅਟੈਕ ਦੇ ਨਾਲ ਕੁਝ ਦਿਨਾਂ ਕੁਝ ਹਫ਼ਤਿਆਂ ਬਾਅਦ ਮਰਦਾ ਹੈ ਲੇਕਿਨ ਇੱਕ ਨੈਰੇਟਿਵ ਸਿਰਜ ਦਿੱਤਾ ਗਿਆ ਫਿਰ ਇੱਕ ਆਰੀਆ ਸਮਾਜਨ ਪੰਜਾਬ ਚ ਆਈ ਉਨੇ ਆ ਕੇ ਵੰਗਾਰਿਆ ਕਿ ਕੀ ਪੰਜਾਬ ਦੀ ਜਵਾਨੀ ਨਪੁੰਸਕ ਹੋ ਗਈ ਹੈ ਕਿ ਇਤੇ ਪੰਜਾਬ ਕੇਸਰੀ ਲਾਲਾ ਲਾਜਪਤਰਾਏ ਕਾ ਬਦਲਾ ਨਹੀਂ ਲੈ ਸਕਤੀ ਹੁਣ ਜਦੋਂ ਤੁਸੀਂ ਉਸ ਸਾਰੇ ਨੂੰ ਦੇਖਦੇ ਹੋ ਕਿ ਭਗਤ ਸਿੰਘ ਨੂੰ ਰੱਜ ਕੇ ਆਰੀਆ ਸਮਾਜੀਆਂ ਨੇ ਔਰ ਖਾਸ ਤੌਰ ਤੇ ਉਸ ਦਾ ਸਿੱਖੀ ਸਰੂਪ ਗਾਇਬ ਕਰਨਾ ਔਰ ਕਿਸ ਅੰਦਾਜ਼ ਉਹਨੂੰ ਫਿਰ ਪ੍ਰੈਜ਼ੈਂਟ ਕਰਨਾ ਜਿਹੜੀਆਂ 2-3 ਫਿਲਮਾਂ ਭਗਤ ਸਿੰਘ ਤੇ ਆਈਆਂ ਮੈਨੂੰ ਯਾਦ ਹੈ ਸਕੂਲ ਡੇਸ ਤੇ ਇੱਕ ਫਿਲਮ ਜਿਹੜੀ ਬਿਗਨਿੰਗ ਸੀ ਬਾਅਦ ਉਸ ਤੋਂ ਬਾਅਦ ਸ਼ਾਇਦ ਗੌਰਵੀ ਦੋ ਤਿੰਨ ਫਿਲਮਾਂ ਆਈਆਂ ਨੇ ਉਹਦੇ ਜੋ ਸਵਾਲ ਪੁੱਛਿਆ ਜਦੋਂ ਕੇਸ ਕਤਲ ਕਰਾ ਕੇ ਆਂਦਾ ਹੈ ਲਾਹੌਰ ਚੋਂ ਨਿਕਲਣਾ ਹੈ ਉਹਨੇ ਔਰ ਉਹ ਅੰਗਰੇਜ਼ ਅਫਸਰ ਜਿਹੜਾ ਅਫਸਰ ਦਾ ਹੈਟ ਵਾਲਾ ਔਰ ਦੂਜਾ ਤੇ ਉਹਦਾ ਜਿਹੜਾ ਉਹ ਸਾਥੀ ਆ ਉਹਨੂੰ ਦੇਖਦਾ ਉਹਨੂੰ ਕਹਿੰਦਾ ਕਿ ਭਗਤ ਸਿੰਘ ਤੁਹਾਾਰੇ ਕੇਸ਼ ਕਹਾਂ ਗਏ ਤੇ ਉਹ ਕੋ ਕਹਿੰਦਾ ਭਾਰਤ ਮਾਤਾ ਕੋ ਸਮਰਪਣ ਕਰਦੀ ਹੈ ਹੁਣ ਇਹ ਵੀ ਨੈਰੇਟਿਵ ਜਦੋਂ ਕਿ 80ਵਿਆਂ 70ਵਿਆਂ 60ਵਿਆਂ ਚ ਸਿੱਖਾਂ ਨੂੰ ਬਾਰ-ਬਾਰ ਜਦੋਂ ਪੰਜਾਬੀ ਸੂਬੇ ਦਾ ਵਿਰੋਧ ਕੀਤਾ ਜਾਂਦਾ ਸੀ ਉਸੇ ਜਾਰੀਆ ਸਮਾਜੀ ਲੌਬੀ ਵੱਲੋਂ ਜਿਹੜੇ ਜਲੰਧਰ ਚ ਬੇਸ ਸੀ ਉਹੀ ਅਖਬਾਰਾਂ ਹਿੰਦੀ ਮਲਾਪ ਵੀਰ ਪ੍ਰਤਾਪ ਪੰਜਾਬ ਕੇਸਰੀ ਬਾਅਦ ਚ ਆਈ ਉਸ ਤੋਂ ਪਹਿਲਾਂ ਹਿੰਦ ਸਮਾਚਾਰ ਜੀ ਉਰਦੂ ਚ ਕਿ ਜੀ ਸਿੱਖ ਦੱਸਣ ਕਿ ਬਈ ਉਹਨਾਂ ਨੂੰ ਪਹਿਲਾਂ ਦੇਸ਼ ਪਿਆਰ ਹੈ ਕਿ ਧਰਮ ਪਿਆਰ ਹੈ ਤਾਂ ਸਿੰਪਲ ਆਨਸਰ ਉਸ ਵੇਲੇ ਦੇ ਸਿੱਖ ਲੀਡਰਾਂ ਦਾ ਸੀ ਕਿ ਭਾਈ ਅਸੀਂ ਜੇ ਪਾਕਿਸਤਾਨ ਛੱਡ ਕੇ ਇੱਧਰ ਆ ਗਏ ਉਹਦਾ ਕਾਰਨ ਸੀ ਕਿ ਸਾਨੂੰ ਧਰਮ ਪਿਆਰ ਆ ਸੀ ਅਦਰਵਾਇਜ਼ ਅਸੀਂ ਕਿਸੇ ਹਾਲ ਜੁੱਥੇ ਵੀ ਰਹਿ ਸਕਦੇ ਸੀ ਜੇ ਗੱਲ ਸਿਰਫ ਮਿੱਟੀ ਨਾਲ ਪਿਆਰ ਦੀ ਹੁੰਦੀ ਲੇਕਿਨ ਇਹ ਰਿਪੀਟਿਡਲੀ ਜਿਹੜਾ ਆਰਗੂਮੈਂਟ ਅੱਜ ਵੀ ਇਸਤੇਮਾਲ ਕੀਤਾ ਜਾਂਦਾ ਜਦੋਂ ਸਿੱਖ ਧਰਮ ਦੀ ਗੱਲ ਕਰਦਾ ਔਰ ਇਹੀ ਗੱਲ ਜਦੋਂ ਜੂਨ 84 ਦੇ ਹਮਲੇ ਵੇੜੇ ਧਰਮੀ ਫੌਜੀਆ ਨੇ ਬੈਰਕਾਂ ਛੱਡੀਆਂ ਔਰ ਉਹਨਾਂ ਚੋਂ ਜਿਹੜੇ ਨੇ ਸੈਂਕੜੇ ਮਾਰੇ ਗਏ ਹਜ਼ਾਰਾਂ ਬਾਅਦ ਉਹਨਾਂ ਦਾ ਕੋਰਟ ਮਾਰਸ਼ਲ ਹੋਇਆ ਔਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਔਰ ਇਹ ਗੱਲ ਲੈਫਟ ਹੈਂਡ ਜਨਰਲ ਹਰਬਖਸ਼ ਸਿੰਘ ਨੇ ਆ ਕੇ ਉਹਨਾਂ ਦੀ ਹੱਕ ਦੇ ਵਿੱਚ ਗਵਾਹੀ ਦਿੰਦਿਆਂ ਕਹੀ ਸੀ ਰਿਟਾਇਰਡ ਕਿ ਭਾਈ ਦੇਖੋ ਉਹਨਾਂ ਨੇ ਜਦੋਂ ਦੇਸ਼ ਲਈ ਸਰਵ ਕਰਨ ਦੀ ਸੌ ਚੁੱਕੀ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਚੁੱਕੀ ਜੀ ਇਹਦਾ ਮਤਲਬ ਹੈ ਵੀ ਉਹਨਾਂ ਲਈ ਧਰਮ ਪਹਿਲੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਉਹਨਾਂ ਦੇ ਸਭ ਤੋਂ ਮੁਕੱਦਸ ਥਾ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਹੋਇਆ ਤੇ ਉਹਨਾਂ ਦੇ ਉਹਨਾਂ ਨੇ ਧਰਮ ਦੇ ਬਗੈਰ ਹੀ ਜਾਣਾ ਹੈ ਦੇਸ਼ ਜਾਂ ਮਿੱਟੀ ਫਿਰ ਸੈਕੰਡਰੀ ਚਲੀ ਜਾਂਦੀ ਉਨੇ ਕਿਹਾ ਜਿਹੜੇ ਸੋਲਜਰ ਨੂੰ ਸੌ ਹੀ ਗੁਰੂ ਗ੍ਰੰਥ ਸਾਹਿਬ ਦੀ ਚੁਕਾਈ ਜਾਂਦੀ ਹੈ ਜੇ ਉਹਦੀ ਬੇਦਵੀ ਹੋਏਗੀ ਤੇ ਉਹ ਖਲੋਏਗਾ ਸੋ ਤੈਨਾਂ ਦਾ ਇੱਕ ਡਿਬੇਟ ਆ ਰਹੀ ਹੈ ਸਮਾਜੀਆਂ ਨੇ ਲੰਬਾ ਵਕਤ ਉਹ ਸਾਰੇ ਖਾਤੇ ਚ ਪਾ ਕੇ ਭਾਰਤ ਮਾਤਾ ਦਾ ਇਹ ਵੋਦੇ ਕੀਤੀ ਫਿਰ ਕਾਮਰੇਡ ਹੁਣ ਜ਼ਾਹ ਰਿਹਾ ਹੈ ਭਗਤ ਸਿੰਘ ਇੱਕ ਬ੍ਰਿਲੀਅੰਟ ਨੌਜਵਾਨ ਔਰ ਜਦੋਂ ਤੁਸੀਂ ਗਰੋ ਹੁੰਦੇ ਹੋ ਅਸੀਂ ਆਪਣੇਆਂ ਨੂੰ ਵੀ ਆਲੇ ਦੁਆਲੇ ਚ ਦੇਖਦੇ ਆ ਤੁਸੀਂ ਆਰਡਰਡ ਆਈਡੀਓਲੋਜੀਸ ਤੋਂ ਨਿਕਲਦੇ ਹੋ ਦਸਵੀਂ ਤੱਕ ਪਹੁੰਚਦੇ ਆ ਜਦੋਂ ਤੁਸੀਂ ਥੋੜੀ ਬਹੁਤ ਸਾਇੰਸ ਦੇ ਨਾਲ ਤੁਹਾਡਾ ਰਾਫਤਾ ਹੁੰਦਾ ਅੱਧੇ ਇੱਕ ਰੱਬ ਦੇ ਉੱਤੇ ਸਵਾਲ ਕਰਨ ਲੱਗ ਜਾਂਦੇ ਨੇ ਫਿਰ ਕਿਸੇ ਨੂੰ ਕੋਈ ਥੋੜਾ ਬਹੁਤ ਰੈਵੋਲਿਊਸ਼ਨਰੀ ਲਿਟਰੇਚਰ ਕਿਸੇ ਦਾ ਅੱਜ ਦੇ ਪੀਰੀਅਡ ਜ ਕਿਸੇ ਦਾ ਹੀਰੋ ਕੋਈ ਚੀ ਗਵੇਰਾ ਹੈ ਕੋਈ ਨੈਲਸਨ ਮੰਡੇਲਾ ਹੈ ਕੋਈ ਦੂਜਾ ਇੱਕ ਪੀਰੀਅਡ ਹੈ ਤੁਸੀਂ ਫਿਰ ਅੱਗੇ ਜਾਂਦੇ ਹੋ ਹੌਲੀ ਹੌਲੀ ਜ਼ਿੰਦਗੀ ਦੀ ਹਕੀਕਤ ਨੂੰ ਸਮਝਦੇ ਹੋ ਫਿਰ ਤੁਹਾਨੂੰ ਡਿਫਰੈਂਟ ਆਈਡੀਓਲੋਜੀਜ਼ ਅਟਰੈਕਟ ਕਰਦੀਆਂ ਸੋ ਭਗਤ ਸਿੰਘ ਜਿਸ ਨੇ 14-15 ਸਾਲ ਦੀ ਉਮਰ ਚ ਉਹਦਾ ਲਿਟਰੇਚਰ ਵੱਲ ਵੀ ਝੁਕਾ ਹੋਇਆ ਉਹਨੇ ਪੜ੍ਹਨਾ ਵੀ ਸ਼ੁਰੂ ਕੀਤਾ ਹੈ ਔਰ ਉਹੀ ਪੀਰੀਅਡ ਸੀ ਕਿ 1917 ਦਾ ਜਿਹਨੂੰ ਰੂਸੀ ਇਨਕਲਾਬ ਕਿਹਾ ਜਾਂਦਾ ਹੈ ਉਹ ਆਂਦਾ 1917 ਚ ਲੈਨਿਨ ਔਰ ਦੂਸਰਾ ਚੇਂਜ ਕਰਦਣ ਹੁਣ ਗਦਰ ਜੇ ਅਸੀਂ ਭਗਤ ਸਿੰਘ ਦੀ ਲੈਗੇਸੀ ਦੀ ਗੱਲ ਕਰੀਏ ਔਰ ਅਸੀਂ ਗੱਲ ਕਰਾਂਗੇ ਕਿ ਅੱਜ ਉਹਨੂੰ ਕਿਵੇਂ ਚੀਪਰ ਅੰਦਾਜ਼ ਦੇ ਵਿੱਚ ਇੱਕ ਪਾਸੇ ਕਾਮਰੇਡਾ ਨੇ ਤਾਂ ਪੂਰਾ ਰਗੜਿਆ ਇਸਤੇਮਾਲ ਕੀਤਾ ਕਾਮਰੇਡੀ ਦਾ ਖਤਮ ਹੋ ਗਈ ਉੱਥੋਂ ਉਹਨਾਂ ਦਾ ਤਾਂ ਕੋਈ ਹੈ ਨਹੀਂ ਵਾਲੀ ਵਾਰਿਸ ਤੇ ਹੁਣ ਕੇਜਰੀਵਾਲ ਜਿਹੜਾ ਖੁਦ ਸਭ ਤੋਂ ਜ਼ਿਆਦਾ ਡੋਨੇਸ਼ਨ ਕੇਜਰੀਵਾਲ ਦੀ ਫੋਰਡ ਫਾਊਂਡੇਸ਼ਨ ਅਮਰੀਕਾ ਵੱਲੋਂ ਆਈ ਜਦੋਂ ਤੁਸੀਂ ਬਿਗਨਿੰਗ ਦੇਖਦੇ ਹੋ ਕਿ ਭਾਈ ਅਨਾ ਹਜ਼ਾਰੇ ਤੋਂ ਨਿਕਲ ਕੇ ਕਿਵੇਂ ਇਹ ਜਾਂਦਾ ਹੈ ਸਾਰਾ ਇਹਦਾ ਸਬੰਧ ਉਸੇ ਹੀ ਕਾਰਪੋਰੇਟ ਮਾਡਲ ਦੇ ਨਾਲ ਇਸ ਲਈ ਜੇ ਤਿੰਨ ਖੇਤੀ ਕਾਨੂੰਨ ਮੋਦੀ ਪਾਸ ਕਰਦਾ ਹੈ ਬਿਲਕੁਲ ਐਮਰਜੈਂਸੀ ਸਿਚੁਏਸ਼ਨ 'ਚ ਲਿਆ ਆ ਕੇ ਕਾਹਲੀ ਨਾਲ ਤੇ ਸਭ ਤੋਂ ਪਹਿਲਾਂ ਜੇ ਕਿਸੇ ਨੇ ਨੋਟੀਫਾਈ ਕੀਤਾ ਜਦੋਂ ਤੱਕ ਸੈਂਟਰ ਜਦੋਂ ਪਾਸ ਕਰਦਾ ਹੈ ਕਾਨੂੰਨ ਉਸ ਤੋਂ ਬਾਅਦ ਨੋਟੀਫਾਈ ਸਟੇਟ ਨੇ ਕਰਨਾ ਹੁੰਦਾ ਉਦੋਂ ਸਟੇਟ ਚ ਲਾਗੂ ਹੁੰਦੇ ਨੇ ਕੇਜਰੀਵਾਲ ਨੋਟੀਫਾਈ ਕਰਕੇ ਉਹਨੂੰ ਦਿੱਲੀ ਚ ਲਾਗੂ ਕਰਦਾ ਸਾਰੇ ਪੀਰੀਅਡ ਚ ਜਿਹੜੀ 13 ਮਹੀਨੇ ਮੂਵਮੈਂਟ ਚੱਲਦੇ ਉੱਥੇ ਆ ਕੇ ਬੰਦਦਾ ਨਹੀਂ ਹੈ ਪਹਿਲਾਂ ਰਾਜ ਸਭਾ ਦੀਆਂ ਕਿਉਂਕਿ ਦਿੱਲੀ ਚ ਤਿੰਨ ਸੀਟਾਂ ਪਾਰਲੀਮੈਂਟ ਚ ਜਾਂਦੀਆਂ ਨੇ ਦੋ ਗੁਪਤਾ ਭਰਾਵਾਂ ਨੂੰ ਉਹਨੇ ਕਰੋੜਾਂ ਦਾ ਵਿੱਚ ਵੇਚੀਆਂ ਹੁਣ ਸਰਕਾਰ ਅਜੇ ਪੰਜਾਬ ਚ ਸੌਂ ਚੁੱਕ ਕੇ ਹਟੇ ਨਹੀਂ ਉਹ ਸਾਡਾ ਸਾਰਾ ਡਰਾਮਾ ਕੀਤਾ ਖਟਕਣ ਕਲਾ ਉੱਥੇ ਸੌਂ ਚੁੱਕਣ ਦਾ ਉਹ ਚਾਰ ਜਿਹੜੇ ਵੱਡੇ ਨੇ ਔਰ ਹਾਲਾਂਕਿ ਲੱਗਦਾ ਸੀ ਵੀ ਅਰਪਜਨ ਸਿੰਘ ਕ੍ਰਿਕਟਰ ਨੂੰ ਚਲੋ ਹੋ ਸਕਦਾ ਹੈ ਭਗਵੰਤ ਮਾਨ ਨੇ ਕਿਹਾ ਹੋਏ ਕਿ ਜੀ ਇੱਕ ਸਪੋਰਟਸਮੈਨ ਰੱਖ ਲੋ ਵੀ ਚਲੋ ਉਹਦਾ ਸਬੰਧ ਤਾਂ ਪੰਜਾਬ ਨਾਲ ਜੁੜਦਾ ਹੈ ਹੁਣੇ ਸਾਹਮਣੇ ਆਇਆ ਕਿ ਉਹ ਅੰਬਾਨੀ ਐ ਡਾਨੀ ਉਸ ਟੱਬਰ ਦੇ ਨੇੜੇ ਆ ਉਹਨੂੰ ਟਿਕਟ ਜਿਹੜੀ ਆ ਕੇਜਰੀਵਾਲ ਨੂੰ ਕਹਿ ਕੇ ਉਹਨਾਂ ਨੇ ਦਵਾਈ ਉਹ ਵੀ ਉਹਦੇ ਫਾਈਨੈਂਸ਼ੀਅਰ ਨੇ ਔਰ ਕਰੋੜਾਂ ਦਾ ਵਿੱਚ ਜਿਹੜੀਆਂ ਨੇ ਟਿਕਟਾਂ ਉਹ ਇੰਡਸਟਰੀਅਲਿਸਟ ਲੁਧਿਆਣੇ ਦਾ ਤੇ ਲਵਲੀ ਯੂਨੀਵਰਸਿਟੀ ਆਣਾ ਤੇ ਦੂਜੇ ਜਿਹੜੇ ਨੇ ਉਹਨਾਂ ਨੂੰ ਵੇਚੀਆਂ ਨੇ ਹੁਣ ਨਾ ਤੁਸੀਂ ਭਗਤ ਸਿੰਘ ਦਾ ਇਸਤੇਮਾਲ ਕਰੋ ਭਗਤ ਸਿੰਘ ਜਦੋਂ ਅਸੀਂ ਇਹ ਠੀਕ ਹੈ ਕੁਰਬਾਨੀ ਰਾਜਗੁਰੂ ਸੁਖਦੇਵ ਜੀ ਨਾਲ ਨੇ ਇਹ ਵੀ ਸਵਾਲ ਹੋ ਸਕਦਾ ਹੈ ਕਿ ਭਾਈ ਤੁਸੀਂ ਉਹ ਸਾਰੇ ਆਪਣੇ ਦੇਸ਼ ਭਗਤੀ ਦੇ ਜਜ਼ਬੇ ਦੇ ਨਾਲ ਭਰੇ ਹੋਏ ਨੌਜਵਾਨ ਪਰ ਇਸ ਸਾਰੀ ਜੇ ਤੁਸੀਂ ਲੈਗੇਸੀ ਦੀ ਗੱਲ ਕਰਨੀ ਹੈ ਤੇ ਭਗਤ ਸਿੰਘ ਦਾ ਸਬੰਧ ਉਸ ਪੰਜਾਬ ਦੀ ਧਰਤੀ ਨਾਲ ਹੈ ਉਸ ਗੈਰਤ ਦੀ ਧਰਤੀ ਨਾਲ ਹੈ ਜਿੱਥੇ ਦੁਸ਼ਮਨ ਨੂੰ ਵੰਗਾ ਰਿਆ ਜਾਂਦਾ ਜਿੱਥੇ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਵੰਗਾ ਰਿਆ ਉਸ ਉਹਨਾਂ ਹੀ ਪਰਿਵਾਰਾਂ ਚ ਉਹਨਾਂ ਦੀ ਪਰਵਰਿਸ਼ ਜਿਹੜੀ ਹੈ ਉਹ ਹੁੰਦੀ ਹੈ ਕਿਉਂਕਿ ਗਦਰ ਪਾਰਟੀ ਦੀ ਜਿਹੜੀ ਇੱਕ ਫੇਲਿਅਰ ਸੀ ਔਰ ਗਦਰ ਪਾਰਟੀ ਉਦੋਂ ਆਈ ਜਦੋਂ ਅਜੇ 1917 ਤੋਂ ਬਾਅਦ ਚ ਆਉਂਦਾ ਇਨਕਲਾਬ 1912-13 ਦੇ ਵਿੱਚ ਫਸਟ ਵਰਲਡ ਵਾਰ 1914 ਤੋਂ 1918 ਤੱਕ ਖਤਮ ਹੋ ਜਾਂਦਾ ਔਰ ਗਦਰ ਪਾਰਟੀ ਦੀ ਫੇਲਿਅਰ ਵੇੜੇ ਉਹਨਾਂ ਨੇ ਇੱਕ ਗੱਲ ਰਿਅਲਾਈਜ਼ ਕਰ ਲਈ ਜਿਹੜੇ ਬਾਕੀ ਬਚੇ ਸੀ ਕਿ ਵੀ ਜਦੋਂ ਤੱਕ ਕੋਈ ਇੰਟਰਨੈਸ਼ਨਲ ਪਾਵਰ ਤੁਹਾਡੇ ਨਾਲ ਨਹੀਂ ਖਲੋਂਦੀ ਬ੍ਰਿਟਿਸ਼ਰਸ ਨੂੰ ਕੱਢਿਆ ਨਹੀਂ ਜਾ ਸਕਦਾ ਹੁਣ ਇੱਕ ਨੈਰੇਟਿਵ ਜਿਹੜਾ ਕਿ ਨੈਸ਼ਨਲਿਜ਼ਮ ਦੇ ਨਾਂ ਥੱਲੇ ਬਿਲਟ ਹੋ ਕੇ ਪੂਰੀ ਤਰ੍ਹਾਂ ਪ੍ਰੀਚ ਕੀਤਾ ਗਿਆ ਜਿਹਦੇ ਵਿੱਚ ਲਾਜਪਤ ਰਾਏ ਔਰ ਉਹ ਸਾਰੇ ਜਿਸ ਨੂੰ ਉਸ ਵੇਲੇ ਲਾਲ ਬਾਲ ਪਾਲ ਕਿਹਾ ਜਾਂਦਾ ਸੀ ਕਿ ਜੀ ਇਹ ਤਿੰਨ ਇਥੇ ਲਾਲਾ ਲਾਜਪਤ ਰਾਏ ਉੱਥੇ ਬਾਲ ਗੰਗਾਧਰ ਤਿਲਕ ਔਰ ਬੰਗਾਲ ਦੇ ਵਿੱਚ ਜਿਹੜਾ ਵਿਪਨਜੰਦਰ ਪਾਲ ਜੀ ਹੁਣ ਇਹ ਜਿਹੜੀ ਸਾਰੀ ਰਾਸ਼ਟਰਵਾਦ ਦੇ ਨਾਂ ਥੱਲੇ ਭਾਰਤ ਮਾਤਾ ਦੇ ਨਾਂ ਥੱਲੇ ਔਰ ਇੱਕ ਆਰਟੀਫੀਸ਼ੀਅਲ ਵਜ਼ਾਰ ਹੈ ਭਗਤ ਸਿੰਘ ਵਿਊ ਦੀ ਸਪੈਲ ਚ ਆਇਆ ਤੇ ਜੋ ਹੀ 1917 ਦਾ ਰੂਸੀ ਇਨਕਲਾਬ ਹੁੰਦਾ ਨਜ਼ਰ ਆ ਗਿਆ ਕਿ ਭਾਈ ਕਿਰਤੀ ਕਿਸਾਨ ਦੂਜੇ ਤੀਜੇ ਉਹ ਉਹਦੇ ਵੱਲ ਵੀ ਝੁਕਿਆ ਔਰ ਬਾਅਦ ਦੇ ਵਿੱਚ ਉਸ ਦੇ ਨਾਂ ਨਾਲ ਜੋੜ ਕੇ ਕਾਮਰੇਡਾ ਨੇ ਮੈਂ ਨਾਸਤਕ ਕਿਵੇਂ ਬਣਿਆ ਜਿਹਦੇ ਨਾਲ ਕੋਈ ਉਹਦਾ ਤਾਲੁਕ ਜਿੰਨੀ ਹੈ ਜੇਲ੍ਹ ਤੋਂ ਚਿੱਠੀਆਂ ਭਗਤ ਸਿੰਘ ਆਪਣੀ ਮਾਂ ਜਾਂ ਜਿਹਦੇ ਚ ਆਪਣੀ ਭੈਣ ਨੂੰ ਵੀ ਐਡਰੈਸ ਕਰਦਾ ਸੀ ਉਹਦੇ ਉੱਤੇ ਹੀ ਕੋੰਕਾਰ ਲਿਖਿਆ ਹੁੰਦਾ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭੇਸ ਬਦਲਣ ਦੇ ਲਈ ਉਹਨੇ ਕੇਸ ਕਤਲ ਕਰਵਾਏ ਲੇਕਿਨ ਜੇ ਅਸੀਂ ਦੇਖਦੇ ਹਾਂ ਕਿ ਜਦੋਂ ਜੇਲ੍ਹ ਦੇ ਵਿੱਚ ਉਹ ਬੰਦ ਹੈ ਉਸ ਦੀਆਂ ਅੱਜ ਤੱਕ ਚਾਰ ਪਿਕਚਰਜ਼ ਭਗਤ ਸਿੰਘ ਦੀਆਂ ਜਿਹੜੀਆਂ ਨੋਨ ਨੇ ਜਿਹੜੀਆਂ ਉਹਦੀਆਂ ਅਸਲੀ ਪਿਕਚਰਜ਼ ਨੇ ਹਾਲਾਂ ਇਹ ਜਿੱਦਾਂ ਦੀਆਂ ਛੜਵੀਆਂ ਜਿਹੀਆਂ ਪੱਗਾਂ ਤੇ ਬਸੰਤੀ ਤਾਂ ਉਹਨੇ ਕਦੇ ਬੰਨੀ ਨਹੀਂ ਬਸੰਤੀ ਰੰਗ ਦੀ ਪਾਗ ਨਹੀਂ ਉਹਦਾ ਉਹਦੀ ਇੱਕ ਬਚਪਨ ਦੀ ਹੈ ਪਿਕਚਰ ਇੱਕ ਜਦੋਂ ਉਹ ਆਪਣੇ ਸਕੂਲ ਦੇ अर्ਲੀ ਡੇਸ ਚ ਜੋ ਡੀਏਵੀ ਕਾਲਜ ਲਾਹੌਰ ਦੇ ਉਹ ਇੱਕ ਡਰਾਮਾ ਗਰੁੱਪ ਦੇ ਵਿੱਚ ਉਹਦੀ ਪਿਕਚਰ ਹੈ ਤੀਸਰੀ ਜਦੋਂ ਇੱਕ ਹੋਰ ਕੇਸ ਚ ਭਗਤ ਸਿੰਘ ਨੂੰ ਲਾਹੌਰ ਜੇਲ੍ਹ ਦੇ ਵਿੱਚ ਕੁਝ ਦੇਰ ਲਈ ਰੱਖਿਆ ਸੀ ਮੰਜੇ ਤੇ ਬੈਠਿਆ ਪੈਰ ਚ ਬੀੜੀਆਂ ਨੇ ਹਥਕੜੀਆਂ ਔਰ ਜੂੜਾ ਉਹਦਾ ਕੀਤਾ ਹੋਇਆ ਉਹ ਪਿਕਚਰ ਜਿਹੜੀ ਸੈਂਟਰਲ ਸਿੱਖ ਮਿਊਜ਼ੀਅਮ ਅੰਮ੍ਰਿਤਸਰ ਚ ਵੀ ਲੱਗੀ ਹੈ ਉਹ ਹੈ ਤੇ ਚੌਥੀ ਜਿਹੜੀ ਹੈ ਉਸ ਦੀ ਆਪਣਾ ਜਦੋਂ ਉਹਨੇ ਕੇਸ ਕਤਲ ਕਰਾ ਕੇ ਪੇਸ ਬਦਲ ਕੇ ਨਿਕਲਿਆ ਤੁਸੀਂ ਦੇਖੋ ਕਿ ਕਿਵੇਂ ਉਸ ਨੂੰ ਪਪੂਲਰ ਕੀਤਾ ਗਿਆ ਬਾਕੀ ਤਿੰਨਾਂ ਦੇ ਨਾਲ ਕੋਈ ਤਾਲੁਕ ਨਹੀਂ ਇਹ ਪ੍ਰੂਫ ਕਰਨ ਦੀ ਕੋਸ਼ਿਸ਼ ਕੀਤੀ ਗਈ ਕਾਮਰੇਡਾਂ ਵੱਲੋਂ ਕਿ ਜੀ ਉਹ ਤਾਂ ਨਾਸਤਕ ਸੀ ਤੇ ਉਹ ਤਾਂ ਫਲਾਣਾ ਤੇ ਠੰਕਾ ਉਸ ਕਿਸਮ ਦਾ ਪ੍ਰਚਾਰ ਕੀਤਾ ਗਿਆ ਔਰ ਉਸ ਸਾਰੇ ਦੇ ਚਲਦੇ ਆ ਜਿਹੜੀ ਲੇਗੇਸੀ ਭਗਤ ਸਿੰਘ ਦਾ ਸਭ ਤੋਂ ਵੱਡਾ ਪਾਰਟ ਸੀ ਕਿ ਭਾਈ ਲੋਟੂ ਟੋਲਾ ਅੰਗਰੇਜ਼ਾਂ ਦਾ ਰਾਜ ਈਸਟ ਇੰਡੀਆ ਕੰਪਨੀ ਰਾਹੀਂ ਹੋਇਆ ਵਪਾਰੀ ਲੋਕ ਜਿਹੜੇ ਐਕਸਪਲੋਇਡ ਕਰ ਰਹੇ ਸੀ ਹੁਣ ਅੱਜ ਜੇ ਅਸੀਂ ਅੰਗਰੇਜ਼ ਇੰਪੀਰੀਅਲਿਜ਼ਮ ਦੇ ਜਿਹੜੇ ਨੇ ਉਹਨਾਂ ਦੇ ਦਾ ਬਦਲ ਦੇਖਣਾ ਹੋਏ ਜੋ ਭਾਰਤ ਦੇ ਵਿੱਚ ਉਹ ਅਮਬਾਨੀ ਅਡਾਨੀ ਪਤੰਜਲੀ ਨੇ ਹੁਣ ਜਿਹੜਾ ਕੇਜਰੀਵਾਲ ਜਾਂ ਜਿਹੜਾ ਸਾਰਾ ਮਾਡਲ ਆ ਜੋ ਫਾਲੋ ਕਰ ਰਿਹਾ ਹੈ ਜਿਸ ਕਿਸਮ ਦਾ ਸ਼ੁਰੂ-ਸ਼ੁਰੂ ਜਦੋਂ ਆਮ ਆਦਮੀ ਸ਼ੁਰੂ ਹੋਈ ਪਾਰਟੀ ਉਹਨੇ ਇੱਧਰ-ਉੱਧਰ ਗੱਲ ਕੀਤੀਗਾ ਹੁਣ ਤੁਸੀਂ ਦੇਖੋਗੇ ਇੱਕ ਪਾਸੇ ਉਹ ਹਿੰਦੂਤਵਾਦੀ ਆਈਡੀਓਲੋਜੀ ਰਾਸ਼ਟਰਵਾਦ ਗਾਂਧੀ ਟੋਪੀ ਹੁਣ ਗਾਂਧੀ ਤੇ ਭਗਤ ਸਿੰਘ ਦਾ ਕੀ ਸੰਬੰਧ ਹੈ ਆਈਡੀਓਲੋਜੀਕਲੀ ਭਗਤ ਸਿੰਘ ਉਸ ਥਾਟ ਨੂੰ ਲੈ ਕੇ ਤੁਰਦੇ ਜਿਹੜਾ ਥਾਟ ਭਗਤ ਸਿੰਘ ਦੇ ਪ੍ਰੀਡੈਸੈਸਰ ਕੌਣ ਨੇ ਉਹਨਾਂ ਦੀ ਸਭ ਤੋਂ ਵੱਡੀ ਮੋਟੀਵੇਸ਼ਨ ਕੌਣ ਹੈ ਉਹ ਸ਼ਹੀਦ ਕਰਤਾਰ ਸਿੰਘ ਸਰਾਬ ਅੰਛੇ ਕਰਤਾਰ ਸਿੰਘ ਸਰਾਬ ਜਿਹੜੇ ਅਮਰੀਕਾ ਚ ਆ ਕੇ ਉਹੀ 13 14 ਔਰ ਕਰਤਾਰ ਸਿੰਘ ਸਰਾਬਾ 19 ਸਾਲ ਦੀ ਉਮਰ ਚ ਫਾਂਸੀ ਤੇ ਚੜਦੇ ਔਰ ਜਿਹੜੀਆਂ ਉਹਨਾਂ ਦੀ ਲਿਖੀਆਂ ਇਹ ਇਹ 17 ਸਿੱਖ ਸਰਾਬੇ ਦੀਆਂ ਕਿ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਇਹ ਸਭ ਤੋਂ ਫੇਵਰਿਟ ਭਗਤ ਸਿੰਘ ਦੀਆਂ ਲਾਈਨਾਂ ਨੇ ਜਿਹੜੀਆਂ ਉਹਦੇ ਸਟੱਡੀ ਟੇਬਲ ਤੇ ਪਈਆਂ ਹੁੰਦੀਆਂ ਸੀ ਹੁਣ ਡਰਾਮੇਬਾਜ਼ੀ ਤਾਂ ਪੂਰੀ ਹੋ ਰਹੀ ਹੈ ਕਿ ਭਾਈ ਕਿਵੇਂ ਭਗਤ ਸਿੰਘ ਨੂੰ ਹੁਣ ਇਹ ਕੇਜਰੀਵਾਲ ਤੇ ਭਗਵੰਤ ਮਾਨ ਨੇ ਪੇਟੈਂਟ ਕਰਾ ਲਿਆ ਐਂ ਹੁਣ ਤੱਕ ਜਿਹੜਾ ਉਹ ਕਾਮੇਡੀਅਨ ਸਿਰ ਮੁੰਨ ਕੇ ਸੀ ਉਹ ਉਦਾਂ ਦੀ ਪੱਗ ਵੀ ਉਹਦੇ ਸਿਰ ਤੇ ਆ ਗਈ ਕਟਵੀਂ ਜੀ ਦਾੜੀ ਵੀ ਰੱਖ ਲਈ ਇਹ ਕਹਿਣ ਦੇ ਉੱਤੇ ਜਿਵੇਂ ਜਦੋਂ ਰਵਨੀਤ ਬਿੱਟੂ ਬੈਂਤੇ ਦਾ ਪੁੱਤਰਾ ਜਿਹੜਾ ਉਹ ਉਹਦੇ ਚ ਲਿਆਂਦਾ ਜਾਂਦਾ ਸਿਆਸਤ ਚ ਤੇ ਉਹ ਇਵੇਂ ਹੀ ਸੀ ਉਹ ਕਮਰੇ ਉਹਨੂੰ ਵੀ ਉਹਨੇ ਕਿਹਾ ਹੈ ਰਾਹੁਲ ਗਾਂਧੀ ਨੇ ਕਿ ਨਹੀਂ ਨਹੀਂ ਪਗੜੀ ਬੰਨ੍ਹੋ ਯਾਨੀ ਉਹ ਵੀ ਅਧ ਪਛਦਾ ਉਵੇਂ ਦਾ ਬਣ ਗਿਆ ਕਿਉਂਕਿ ਜੇ ਉਹਨਾਂ ਨੂੰ ਕੱਲ ਸਿੱਖ ਮਰਵਾਉਣੇ ਪਏ ਤੇ ਇਸ ਕਿਸਮ ਦੇ ਨੂੰ ਅੱਗੇ ਲਾਣਗੇ ਇਸੇ ਤਰ੍ਹਾਂ ਉਗਵਾਂ ਤੋਂ ਮੰਨਦੇ ਸਿਰ ਤੇ ਵੀ ਪਗੜੀ ਕਿਉਂਕਿ ਇਹ ਜਿਹੜੇ ਬਹੁ ਰੂਪੀ ਆ ਉਹਨਾਂ ਦੀ ਕਨਵੈਕਸ਼ਨ ਕੋਈ ਨਹੀਂ ਹੈ ਸਾਨੂੰ ਕੋਈ ਨਹੀਂ ਹੈ ਕਿ ਕੌਣ ਕਿਸ ਰੂਪ ਚ ਰਹਿੰਦਾ ਪਰ ਹਮੇਸ਼ਾ ਇਹ ਹੁੰਦਾ ਹੈ ਕਿ ਵੀ ਤੁਸੀਂ ਡਰਾਮਾ ਕਿਉਂ ਕਰਦੇ ਹੋ ਸਿੱਖੀ ਇੱਕ ਫੇਥ ਹੈ ਫੇਥ ਦੇ ਵਿੱਚ ਜਿਹੜੇ ਲੋਕ ਨੇ ਭਾਵੇਂ ਜਿਹੜੇ ਨਹੀਂ ਵੀ ਸਿੱਖੀ ਸਰੂਪ ਜਿਹੜਾ ਉਹਨਾਂ ਦਾ ਫੇਥ ਹੈ ਤੇ ਉਸ ਫੇਥ ਦੀ ਕਦਰ ਕਰੋ ਪਰ ਤੁਸੀਂ ਵੋਟਾਂ ਲੈਣ ਲਈ ਲੋਕਾਂ ਨੂੰ ਪਰਮਾਨਣ ਲਈ ਕਦੇ ਭਗਤ ਸਿੰਘ ਦੇ ਬਣ ਜਾਓ ਹੁਣ ਪੰਜਾਬ ਅਸੈਂਬਲੀ ਚ ਜਿੱਥੇ ਬੈਠਾ ਹੈ ਭਗਵੰਤ ਮਾਨ ਉਥੇ ਲੈ ਕੇ ਆ ਕੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਬਹੁਤ ਰੌਲਾ ਪੈ ਗਿਆ ਬਾਹਰ ਨਤੀਜਾ ਉਹਨਾਂ ਨੂੰ ਵਾਪਸ ਨਹੀਂ ਨਹੀਂ ਜੀ ਉਥੋਂ ਨਹੀਂ ਲਾਈ ਉਹ ਬਾਕੀ ਕਮਰਿਆਂ 'ਚ ਲੱਗੀ ਹੋਈ ਹੈ ਹੁਣ ਈਵਨ ਇਹਨਾਂ ਦੀ ਬਦਨੀਅਤ ਜਦੋਂ ਪੰਜਾਬ ਅਸੈਂਬਲੀ 'ਚ ਰੈਜ਼ੋਲੂਸ਼ਨ ਲਿਆਂਦੇ ਨੇ ਜੀ ਕਿ ਭਗਤ ਸਿੰਘ ਔਰ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਲਗਾਏ ਜਾਣਗੇ ਪੰਜਾਬ ਅਸੈਂਬਲੀ 'ਚ ਉਦੋਂ ਵੀ ਮਹਾਰਾਜਾ ਰਣਜੀਤ ਸਿੰਘ ਯਾਦ ਨਹੀਂ ਆਇਆ ਹਾਲਾਂ ਪ੍ਰਤਾਪ ਸਿੰਘ ਬਾਜਵਾ ਜਿਹੜਾ ਐਮ ਐਲ ਏ ਬਣਿਆ ਹੈ ਉਨੇ ਕਿਹਾ ਜੀ ਮਹਾਰਾਜਾ ਰਣਜੀਤ ਸਿੰਘ ਕਿਉਂ ਨਹੀਂ ਕਹਿੰਦੇ ਚਲੋ ਠੀਕ ਆ ਉਹਨਾਂ ਦਾ ਵੀ ਕਰ ਲੈਨੇ ਹੁਣ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਤੁਸੀਂ ਇਕੱਲੇ ਭਗਤ ਸਿੰਘ ਦੇ ਉੱਤੇ ਲਿਆ ਕੇ ਜਿਹੜਾ ਇਹ ਸਾਰੀ ਸਿਆਸਤ ਕਰ ਰਹੇ ਹੋ ਪੰਜਾਬ ਅੰਗਰੇਜ਼ਾਂ ਦੇ ਪੇਟੇ 1849 ਚ ਪੈਂਦਾ ਹੈ ਪਹਿਲਾ ਰੈਵੋਲੂশনারੀ ਜਿਹਨੇ ਪੰਜਾਬ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਹੈ ਉਹ ਸਟਰਗਲ ਦੀ ਗੱਲ ਭਾਈ ਮਹਾਰਾਜ ਸਿੰਘ ਜਿਨ੍ਹਾਂ ਨੂੰ ਫੜ ਲਿਆ ਗਿਆ ਸ਼ਾਮ 84 ਹਾਰਪੁਰ ਚੋਂ ਸਿੰਘਾਪੁਰ ਉਹਨਾਂ ਨੂੰ ਜਲਾਵਤਨ ਕਰਕੇ ਔਰ ਉੱਥੇ ਉਹਨਾਂ ਨੂੰ ਅੰਨੇ ਕਰਕੇ ਜਿਹੜਾ ਮਾਰਿਆ ਗਿਆ ਫਿਰ ਅਸੀਂ ਦੂਸਰੀ ਆਵਾਜ਼ ਕੂਕਿਆਂ ਦੀ ਦੇਖਦੇ ਹਾਂ ਬਾਬਾ ਰਾਮ ਸਿੰਘ ਨਾਮਤਾਰੀ ਜਿਹੜੇ ਕੂਕੇ ਜਿਉਂਦੇ ਤੋਪਾਂ ਸਾਹਮਣੇ ਖੜੇ ਕਰਕੇ ਉਡਾਏ ਗਏ ਉਹਨਾਂ ਦਾ ਨਾਰਾ ਸੀ ਰਹਿਣ ਨਾ ਦੇ ਵੋ ਹਿੰਦ ਚ ਰਾਜ ਫਰੰਗੀ ਦਾ ਹੁਣ ਉਹੀ ਮੂਵਮੈਂਟ ਚੱਲਦੀ ਚੱਲਦੀ ਗਦਰ ਪਾਰਟੀ ਜਿਹੜੀ ਉਸ ਵੇਲੇ ਦੇ 18 ਤੋਂ 20 ਮੁਲਕਾਂ ਚੋਂ ਨਿਕਲੀ ਜਿਹਦੇ ਚ ਹਿੰਦੂ ਸਿੱਖ ਮੁਸਲਮਾਨ ਮੈਜੋਰਟੀ ਸਿੱਖ ਹਨ ਪਰ ਉਹਦੇ ਚ ਮੁਸਲਮਾਨਾ ਦਾ ਰੂਲ ਵੀ ਹੈ ਉਹਦੇ ਵਿੱਚ ਹਿੰਦੂ ਐਕਟਿਵਿਸਟ ਵੀ ਨੇ ਫਾਂਸੀ ਤੇ ਚੜਨ ਵਾਲੇ ਵੀ ਜਿਹੜੇ ਨੇ ਉਹਨਾਂ 'ਚ ਸ਼ਾਮਲ ਨੇ ਤੁਹਾਡੀ ਸਾਰੀ ਗਦਰ ਮੂਵਮੈਂਟ ਤੁਸੀਂ ਕਿਉਂ ਗਾਇਬ ਕਰ ਰਹੇ ਹੋ ਕਿਉਂਕਿ ਉਦੋਂ ਇਹ ਰਸ਼ੀਅਨ ਇਨਕਲਾਬ ਦੇ ਨਾਂ ਥੱਲੇ ਨਾ ਕਾਮਰੇਡਾਂ ਦਾ ਝੂਠ ਵਿਕਦਾ ਸੀ ਔਰ ਉਹਨਾਂ ਦੀ ਇਨਸਪੀਰੇਸ਼ਨ ਸਿੱਖੀ 'ਚੋਂ ਨਿਕਲਦੀ ਸੀ ਜੀ ਫਿਰ ਅਸੀਂ ਉਦਮ ਸਿੰਘ ਦੀ ਜਿਹੜੀ ਹੈ ਕਰਤਾਰ ਸਿੰਘ ਸਰਾਭਾ ਦੀ ਗੱਲ ਕਰਦੇ ਕਿ ਕਰਤਾਰ ਸਿੰਘ ਸਰਾਭਾ ਕਿਸ ਲੈਵਲ ਦੇ ਉੱਤੇ ਜਾ ਕੇ ਕਿੰਨਾ ਵੱਡਾ ਉਹ ਹੀਰੋ ਹੈ ਜਿਹਨਾਂ ਤੋਂ ਭਗਤ ਸਿੰਘ ਇਨਸਪਾਇਰ ਹੁੰਦੇ ਨੇ ਫਿਰ ਉਦਮ ਸਿੰਘ ਜਿਹੜਾ 1919 ਦੇ ਉਹ ਸਾਰੇ ਵਾਕਿਆ ਨੂੰ ਜਲਿਆਂਵਾਲੇ ਬਾਗ ਨੂੰ ਦੇਖ ਕੇ ਉਹ ਕਿਸ ਹੱਦ ਤੱਕ ਜਾਂਦਾ ਆਲ ਆਫ ਅ ਸਡਨ ਇਹ ਕੇਜਰੀਵਾਲ ਜਾਂ ਭਗਵੰਤ ਮਾਨ ਜਾਂ ਇਹਨਾਂ ਦੇ ਲੋਟੂ ਟੋਲੇ ਦਾ ਜਿਹੜਾ ਇਹ ਕਿਵੇਂ ਬਣ ਜਾਂਦਾ ਭਗਤ ਸਿੰਘ ਆਈਕਨ ਸਿਰਫ ਤੇ ਸਿਰਫ ਗੰਦੀ ਭੈੜੀ ਸਿਆਸਤ ਔਰ ਉਹਦਾ ਨਾਂ ਵਰਤ ਕੇ ਤੁਸੀਂ ਖੜਕਣ ਕਲਾ ਜੀ ਹਰ ਕੋਈ ਚੀਫ ਮਿਨਿਸਟਰ ਬਣ ਗਿਆ ਪੰਜਾਬ ਦਾ ਉਹ ਚੀਫ ਮਿਨਿਸਟਰ ਕਿੱਥੋਂ ਉਹਨਾਂ ਨੂੰ ਈਵਨ ਪਿੰਡ ਵਾਲਿਆਂ ਨੂੰ ਵੀ ਔਰ ਭਗਤ ਸਿੰਘ ਦੇ ਇਮੀਡੀਏਟ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੂੰ ਵੀ ਪ੍ਰੀਵੀਅਸ ਈਵਨਿੰਗ ਤੱਕ ਸੱਦਾ ਵੀ ਨਹੀਂ ਸੀ ਦਿੱਤਾ ਗਿਆ ਫਿਰ ਅਸੀਂ ਦੇਖਦੇ ਹਾਂ ਔਰ ਅਸੀਂ ਜ਼ਿਕਰ ਵੀ ਕੀਤਾ ਸੀ ਕਿ ਭਗਤ ਸਿੰਘ ਦਾ ਦੀ ਭੈਣ ਛੋਟੀ ਜਿਹਨੂੰ ਸਭ ਤੋਂ ਜ਼ਿਆਦਾ ਉਹ ਪਿਆਰ ਕਰਦਾ ਸੀ ਜੇਲ੍ਹ 'ਚ ਹੁੰਦਿਆਂ ਵੀ ਉਹਦਾ ਉਹਨਾਂ ਦਾ ਭਤੀਜ ਜਵਾਈ ਜੀ ਜਿਹੜਾ ਬਾਲਾ ਜਟਾ ਪਿੰਡ ਦਾ ਸਰਪੰਚ ਕੁਲਜੀਤ ਸਿੰਘ ਟੱਟ ਜਿਹਨੂੰ ਟੌਰਚਰ ਕਰਕੇ ਅਜੀਤ ਸਿੰਘ ਸੰਧੂ ਔਰ ਰੋਸਵੇੜ ਐਸਪੀ ਬਸਰਾ ਨੇ ਮਾਰਿਆ ਐਸਪੀ ਬਸਰਾ ਜਿਹੜਾ ਜੇਲ ਕੱਟ ਰਿਹਾ ਸੀ ਉਮਰ ਕੈਰ ਔਰ ਜੇ ਸਰਕਾਰ ਬਣਦੇ ਆ ਸਭ ਤੋਂ ਪਹਿਲਾਂ ਉਹਨੂੰ ਰਿਲੀਜ਼ ਕੀਤਾ ਜਾਂਦਾ ਹੈ ਬਿਨਾ ਦੱਸਿਆ ਔਰ ਇੱਕ ਪਾਸੇ ਜਿਹੜਾ ਹੈ ਉਹੀ ਔਰ ਇਹ ਗੱਲ ਮੈਂ ਮੇਰੀ ਕਹਿਣ ਦੀ ਨਹੀਂ ਇਵਨ ਜਿੰਦੇ ਸੁਖੇ ਨੇ ਕੁਲਦੀਪ ਨૈયਰ ਜਨੇ ਸ਼ਹੀਦ ਭਗਤ ਸਿੰਘ ਤੇ ਕਿਤਾਬ ਲਿਖੀ ਸੀ ਉਹਨੇ ਉਹਨੂੰ ਪੁੱਛਿਆ ਸੀ ਉਹਨਾਂ ਨੇ ਦੋਨਾਂ ਨੌਜਵਾਨਾਂ ਨੇ ਕਿ ਭਾਈ ਦੱਸੋ ਅਸੀਂ ਵੀ ਉਸ ਰਸਤੇ ਤੇ ਹੀ ਤੁਰੇ ਔਰ ਮੈਂ ਅਕਸਰ ਇਹ ਕਹਿੰਨਾ ਹੈ ਕਿ ਜੇ ਜਿੰਦੇ ਸੁਖੇ 1920ਵਿਆਂ ਚ ਹੁੰਦੇ ਤੇ ਉਹਨਾਂ ਨੇ ਸ਼ਹੀਦ ਭਗਤ ਸਿੰਘ ਦੇ ਸਾਥੀ ਹੋਣਾ ਸੀ ਤੇ ਜੇ ਸ਼ਹੀਦ ਭਗਤ ਸਿੰਘ 1980 ਵਿੱਚ ਹੁੰਦਾ ਤੇ ਉਹਨੇ ਜਿੰਦੇ ਸੁੱਖੇ ਦੇ ਸਾਥੀ ਹੋਣਾ ਸੀ ਕਿਉਂਕਿ ਇਹ ਉਹੀ ਸਪਿਰਿਟ ਹੈ ਸੋ ਜਿਹੜੇ ਅੱਜ ਜਿਨ੍ਹਾਂ ਨੇ ਸਟੇਟ ਨੂੰ ਵੰਗਾ ਰਿਆ ਜੇ ਉਦਮ ਸਿੰਘ ਜਾ ਕੇ 21 ਸਾਲ ਬਾਅਦ ਮਾਈਕਲ ਓਡਵਾਇਰ ਨੂੰ ਮਾਰਦਾ ਹੈ ਬਿਆਨ ਸਿੰਘ ਸਤਵੰਦ ਸਿੰਘ ਜਿੰਦਾ ਸੁੱਖਾ ਜਿਨ੍ਹਾਂ ਨੇ ਹਮਲਾ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਇਹ ਕਿਉਂ ਨਹੀਂ ਹੀਰੋ ਹੈਗੇ ਜੀ ਫਿਰ ਅਸੀਂ ਇਹ ਦੇਖਦੇ ਹਾਂ ਕਿ ਭਾਈ ਮਿਸਟੇਕਨ ਆਈਡੈਂਟੀਟੀ ਦੇ ਥੱਲੇ ਭਗਤ ਸਿੰਘ ਜਿਹੜਾ ਹੈ ਉਹ ਉਹਨੂੰ ਐਸਪੀ ਸਕਾਟ ਦੀ ਥਾਂ ਤੇ ਸਾਈਡਰਸ ਨੂੰ ਮਾਰਦਾ ਕਿੰਨ੍ਹੇ ਸਾਲਾਂ ਦਾ ਉਹਦਾ ਕੋਈ ਲਾਗਾ ਦੇਗਾ ਨਹੀਂ ਨਾਲ ਚੰਨਣ ਸਿੰਘ ਹੈੱਡ ਕਨਸਟੇਬਲ ਅਮਰਤਾ ਹਰੀ ਸਿੱਖ ਜਿਹੜਾ ਆਪਣੀ ਡਿਊਟੀ ਦੇ ਰਿਹਾ ਚੀਜ਼ ਕਰ ਰਿਹਾ ਉਹਨਾਂ ਨੂੰ ਉਹ ਮਾਰਿਆ ਜਾਂਦਾ ਉੱਥੇ ਤੁਸੀਂ ਕੋਈ ਰੌਣਾ ਨਹੀਂ ਪਾਉਂਦੇ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਵੀ ਭਗਤ ਸਿੰਘ ਦੀ ਭਗਤ ਸਿੰਘ ਕਿ ਇਨਸਪੀਰੇਸ਼ਨ ਸੀ ਪਿਛਲੇ 91 ਸਾਲ ਤੋਂ ਨੌਜਵਾਨੀ ਦੇ ਇਨਸਪੀਰ ਰਹੇਗਾ ਵੀ ਕਿਉਂਕਿ ਇਹ ਉਸ ਮਿੱਟੀ ਦਾ ਉਸ ਸਿੱਖ ਕਲਚਰ ਦਾ ਜਿੱਥੇ ਕਿ ਮੌਤ ਨੂੰ ਕਲੂਲਾ ਕਰਨ ਦੀ ਲਾਈਨ ਹੈ ਔਰ ਜਦੋਂ ਲਾਹੌਰ ਦੇ ਇਸ ਵਾਕਿਆ ਤੋਂ ਬਾਅਦ ਉਹ ਨਿਕਲਦੇ ਨੇ ਦੂਸਰਾ ਵੱਡਾ ਘਰਾ ਜਿਹੜਾ ਉਹਨਾਂ ਨੇ ਦਿੱਲੀ ਅਸੈਂਬਲੀ ਦੇ ਵਿੱਚ ਧੂਏ ਵਾਲੇ ਬੰਬ ਸੁੱਟ ਕੇ ਕਿਸੇ ਦਾ ਨੁਕਸਾਨ ਨਹੀਂ ਕੀਤਾ ਔਰ ਜਦੋਂ ਉਹ ਅਦਾਲਤ ਦੇ ਸਾਹਮਣੇ ਸੈਸ਼ਨ ਜੱਜ ਦੇ ਸਾਹਮਣੇ ਕੇਸ ਲੱਗਦਾ ਔਰ ਉਦੋਂ ਤੱਕ ਉਹਨਾਂ ਨੂੰ ਪਤਾ ਨਹੀਂ ਸੀ ਕਿ ਸਾਇੰਡਰਸ ਦੇ ਕਤਲ ਦੇ ਵਿੱਚ ਇਹਨਾਂ ਦਾ ਰੋਲ ਹੈ ਉਹ ਪਿਸਤੌਲ ਜਦੋਂ ਬਰਾਮਦ ਹੁੰਦੀ ਹੈ ਔਰ ਉਸ ਪਿਸਤੌਲ ਨਾਲ ਹੀ ਗੋਲੀਆਂ ਮਾਰੀਆਂ ਗਈਆਂ ਸੀ ਔਰ ਜਿਹੜਾ ਜਿਵੇਂ ਬੇਖੌਫ ਹੋ ਕੇ ਉਹਨਾਂ ਨੇ ਆਪਣੇ ਕੇਸ ਨੂੰ ਡਿਫੈਂਡ ਕੀਤਾ ਉਹਨਾਂ ਨੇ ਕਿਹਾ ਵੀ ਜਦੋਂ ਕੋਈ ਸਰਕਾਰ ਅੱਖਾਂ ਤੋਂ ਅੰਨੀ ਕੰਨਾਂ ਤੋਂ ਬੋਲੀ ਹੋਏ ਤੇ ਉਹਨੂੰ ਜਗਾਣ ਦੇ ਲਈ ਫਿਰ ਧਮਾਕੇ ਕਰਨੇ ਪੈਂਦੇ ਨੇ ਸੋ ਭਗਤ ਸਿੰਘ ਉਹ ਡਿਫਾਇੰਸ ਦੀ ਆਵਾਜ਼ ਹੈ ਜਿਹੜਾ ਜ਼ੁਲਮ ਦੇ ਖਿਲਾਫ ਹੈ ਜਿਹੜੀ ਬ੍ਰਿਟਿਸ਼ ਇੰਪੀਰੀਅਲਿਜ਼ਮ ਦੇ ਖਿਲਾਫ ਹੈ ਔਰ ਭਗਤ ਸਿੰਘ ਸਪੌਂਟੇ ਜਿਸ ਤੇ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ ਉਸ ਔਰੇ ਚੋਰੀ ਸੇ ਪੇਜਮਾ ਕੀਤਾ ਉਸ ਤੋਂ ਅਗਲੇ ਦਿਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹਰ ਪਾਸੇ ਉਹ ਹਿੰਦੂ ਹੋਣ ਮੁਸਲਮਾਨ ਹੋਏ ਹੋਣ ਪੰਜਾਬ ਦੇ ਵਿੱਚ ਭਗਤ ਸਿੰਘ ਦੀਆਂ ਘੋੜੀਆਂ ਗਾਈਆਂ ਜਾਂਦੀਆਂ ਨੇ ਕਿ ਭਾਈ ਉਹਨੇ ਮੌਤ ਲਾੜੀ ਨੂੰ ਵਿਆਹ ਹੈ ਠੀਕ ਹੋਵੇ ਜੋ ਜੰਦਾ ਸੁੱਖਾ ਦਾ ਜਿਵੇਂ ਉਹਨਾਂ ਨੇ ਵੰਗਾਰਿਆ ਔਰ ਇਹੀ ਕਾਰਨ ਹੈ ਕਿ ਭਗਤ ਸਿੰਘ ਨੂੰ ਬੇਸ਼ੱਕ ਅੱਜ ਕੇਜਰੀਵਾਲ ਔਰ ਭਗਵੰਤ ਮਾਨ ਪੇਟੈਂਟ ਕਰਾ ਕੇ ਸਿਆਸੀ ਰੋਟੀਆਂ ਸੇਕ ਰਹੇ ਹੋਣ ਪਾਕਿਸਤਾਨ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ ਕਿ ਲਾਹੌਰ ਦੇ ਸ਼ਾਦਮਾਨ ਚੌਂਕ ਦੇ ਵਿੱਚ ਜਿਹੜਾ ਅੱਜ ਵੀ ਉੱਥੇ ਜਿਹੜਾ ਉਹਨਾਂ ਨੇ ਵੱਡੀ ਗਿਣਤੀ ਚ ਐਕਟਿਵਿਸਟ ਉੱਥੇ ਇਕੱਠੇ ਹੋਏ ਉਹਨਾਂ ਨੇ ਭਗਤ ਸਿੰਘ ਨੂੰ ਯਾਦ ਕੀਤਾ ਉਹਨਾਂ ਦੇ ਵਿੱਚ ਪ੍ਰੋਫੈਸਰ ਕਲਿਆਣ ਸਿੰਘ ਜਿਹੜੇ ਪ੍ਰੋਫੈਸਰ ਨੇ ਸਿੱਖ ਨਨਕਾਣਾ ਸਾਹਿਬ ਨਾਲ ਸੰਬੰਧਤ ਉਹ ਵੀ ਸ਼ਾਮਲ ਸੀ ਔਰ ਉੱਥੇ ਉਹਨਾਂ ਨੇ ਇਹ ਕਿਹਾ ਜਿਹੜੇ ਪਾਕਿਸਤਾਨੀ ਸਨ ਕਿ ਭਾਈ ਅਸੀਂ ਭਗਤ ਸਿੰਘ ਦੀ ਸੋਚ ਜਿਹੜੀ ਆ ਉਹ ਸਮਰਾਜੀ ਤਾਕਤਾਂ ਦੇ ਜ਼ਗੀਰਦਾਰਾਨਾਂ ਸੋਚ ਦੇ ਖਿਲਾਫ ਸੀ ਅਸੀਂ ਜਿਹੜਾ ਅੱਜ ਵੀ ਇਸ ਆਵਾਜ਼ ਦੇ ਨਾਲ ਖੜੇ ਹਾਂ ਕਿਉਂ ਉਹਨਾਂ ਨੇ ਕਿਹਾ ਵੀ ਅਸੀਂ ਇੱਥੇ ਸ਼ਾਦਮਾਨ ਚੌਂਕ-ਛਾਲਾਂ ਇਹ ਮੰਗ ਉੱਥੇ ਕੀਤੀ ਜਾ ਰਹੀ ਹੈ ਵੀ ਇਸ ਚੌਂਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਏ ਐਗਜ਼ੈਕਟਲੀ ਜੇਲ੍ਹ ਦੇ ਬਾਹਰ ਉਹ ਟਿਕਾਣਾ ਹੈ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜਾ ਰਾਜਗੁਰੂ ਸੁਖਦੇਵ ਭਗਤ ਸਿੰਘ ਨੂੰ ਯਾਦ ਕਰਦੇ ਹਾਂ ਕਿਉਂਕਿ ਇਸੇ ਥਾਂ ਤੇ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਅਸੀਂ ਉਹਨਾਂ ਨੂੰ ਸਜਦਾ ਕਰਦੇ ਹਾਂ ਔਰ ਉਹ ਭਗਤ ਸਿੰਘ ਰਾਜਗੁਰੂ ਸੁਖਦੇਵ ਹਿੰਦੁਸਤਾਨ ਪਾਕਿਸਤਾਨ ਬੰਗਲਾਦੇਸ਼ ਦੇ तमाम ਲੋਕਾਂ ਮਜ਼ਦੂਰਾਂ ਕਿਸਾਨਾਂ ਆਦੀਵਾਸੀਆਂ ਕਮਜ਼ੋਰ ਲੋਕਾਂ ਦੀ ਆਵਾਜ਼ ਨੇ ਉਹਨਾਂ ਦਾ ਇਹ ਪੈਗਾਮ ਸੀ ਕਿ ਹਰ ਇੱਕ ਦਿਨ ਨਾਲ ਇਨਸਾਫ ਹੋਏ ਔਰ ਇਹ ਲੋਟੂ ਟੋਲਾ ਜਿਹੜੇ ਪੈਸੇ ਦੇ ਜ਼ੋਰ ਦੇ ਉੱਤੇ ਆਮ ਲੋਕਾਂ ਨੂੰ ਐਕਸਪਲੋਇਟ ਕਰਦੇ ਨੇ ਉਹਨਾਂ ਦੇ ਖਿਲਾਫ ਆਵਾਜ਼ ਚੁੱਕੀ ਜਾਏ ਔਰ ਅਸੀਂ ਸਮਝਦੇ ਹਾਂ ਕਿ ਇਹ ਰੀਅਲ ਹੈ ਹੁਣ ਇਹ ਜਦੋਂ ਅਸੀਂ ਭਗਵੰਤ ਮਾਨ ਜਾਂ ਕੇਜਰੀਵਾਲ ਦੀ ਗੱਲ ਕਰਦੇ ਹਾਂ ਇਹ ਇਹਨਾਂ ਨੇ ਇਹਦਾ ਸੇਲਜ਼ਮੈਨ ਨੇ ਸੌਦੇਬਾਜ਼ ਧੋਖੇਬਾਜ਼ ਔਰ ਉਸ ਕਿਸਮ ਦੀ ਲਾਈਨ ਇਹ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਦਿੱਲੀ ਦਾ ਆਪਣਾ ਹਾਲ ਇਹ ਹੈ ਕਿ ਅੱਜ ਦੀ ਮੇਨ ਇੰਡੀਅਨ ਐਕਸਪ੍ਰੈਸ ਤੇ ਵੀ ਖਬਰ ਸੀ ਕਿ ਦਿੱਲੀ ਮੋਸਟ ਪੋਲਿਊਟਡ ਕੈਪੀਟਲ ਇਨ ਵਰਲਡ ਫਾਈਂਡਸ 에ਅਰ ਰਿਪੋਰਟ ਹੁਣ ਪਿਛਲੇ 4 ਸਾਲ ਤੋਂ ਜਿਹੜੇ ਦੁਨੀਆ ਭਰ ਦੀਆਂ ਰਾਜਧਾਨੀਆਂ ਦੇ ਵਿੱਚ ਜਿਹੜਾ 에ਅਰ ਲੈਵਲ ਹੈ ਉਕੀਏ ਉਸ ਦੇ ਮੁਤਾਬਕ ਲਗਾਤਾਰਤਾ ਨਾਲ ਹੁਣ ਜਦੋਂ ਉਹਨਾਂ ਨੇ 2020 ਚ 22 ਕੈਪੀਟਲ ਦੁਨੀਆ ਦੀ 에ਅਰ ਕੁਆਲਿਟੀ ਲਈ ਰਿਪੋਰਟ ਕਢੀ ਤੇ ਸਭ ਤੋਂ ਜ਼ਿਆਦਾ ਪੋਲਿਊਟਡ ਦਿੱਲੀ ਸੀ ਫਿਰ ਉਸ ਤੋਂ ਪਹਿਲਾਂ 2019 ਦੇ ਵਿੱਚ 85 ਮੁਲਕਾਂ ਚੋਂ ਇੰਡੀਆ ਸਭ ਤੋਂ ਥੱਲੇ 에ਅਰ ਪੋਲੂਸ਼ਨ ਦੇ ਨਾਲ 2018 ਚ 62 ਔਰ ਹੁਣ 107 ਕੈਪੀਟਲਸ ਦਾ ਉਹਨਾਂ ਨੇ ਜਿਹੜੀ ਹੈ 에ਅਰ ਕੁਆਲਿਟੀ ਟੈਸਟ ਕੀਤੀ ਹੈ ਔਰ ਉਹਦੇ ਚ ਇਹ ਆ ਕਿ ਡੇਲੀ ਮੋਸਟ ਪੋਲਿਊਟਡ ਕੈਪੀਟਲ ਇਨ ਵਰਲਡ ਕਿ 107 ਮੂਲਕਾਂ ਦੀਆਂ ਰਾਜਧਾਨੀਆਂ ਚ ਸਭ ਤੋਂ ਜਿਹੜੀ ਹੈ ਪੋਲਿਊਟਡ ਦਿੱਲੀ ਹੈ ਹੁਣ ਦੇਖਦੇ ਆ ਕਿਉਂਕਿ ਪਹਿਲਾਂ ਤਾਂ ਪਿਛਲੇ 3-4 ਸਾਲ ਉਹ ਨਫਰਤ ਫੈਲਾਂਦਾ ਰਿਹਾ ਜੀ ਪੰਜਾਬ ਹਰਿਆਣਾ ਯੂਪੀ ਦੇ ਕਿਸਾਨ ਜਿਹੜੇ ਨੇ ਪਰਾਲੀ ਸਾੜ ਦਿੰਦੇ ਨੇ ਤੇ ਉਹ ਸਾਰਾ ਧੂਆ ਹੁਣ ਦੇਖਦੇ ਆ ਵੀ ਇਹਦਾ ਭਗਵੰਤ ਮਾਨ ਜਿਹੜਾ ਉਹ ਕੀ ਕਰਦਾ ਉਹ ਪਰਾਲੀ ਨੂੰ ਕਿੱਥੇ ਲੈ ਕੇ ਜਾਂਦਾ ਕਿਹੜੀਆਂ ਮਸ਼ੀਨਾਂ ਪੰਜਾਬ ਚ ਲਾਈਆਂ ਜਾਂਦੀਆਂ ਨੇ ਜਿਹਨਾਂ ਨਾਲ ਪਰਾਲੀ ਸਾੜਨ ਦੀ ਲੋੜ ਨਾ ਹੋਵੇ ਲੇਕਿਨ ਇਹ ਇੱਕ ਪਾਸੇ ਅਸੀਂ ਦੇਖ ਰਹੇ ਆਂ ਵੀ ਇਹ ਸੌਦਾ ਵੇਚ ਰਹੇ ਨੇ ਨਾਲ ਦੀ ਨਾਲ ਖਬਰ ਜਿਹੜੀ ਸ਼ਹੀਦ ਉਦਮ ਸਿੰਘ ਸਟੈਚੂ ਡੈਮੇਜਡ ਇਨ ਅੰਬਾਲਾ ਅੱਜ ਮੇਨ ਖਬਰ ਇਹ ਹੈ ਹੁਣ ਇੱਕ ਕਿਉਂ ਇੱਕ ਨੂੰ ਤੁਸੀਂ ਦੂਜੇ ਦੇ ਖਿਲਾਫ ਇੱਕ ਨੂੰ ਪੁੱਡਾਉਣ ਕਿਨੇ ਜਦੋਂ ਕਿ ਦਿਨ ਆ ਰਿਹਾ ਹੈ ਔਰ ਉਦਮ ਸਿੰਘ ਦਾ ਸਟੈਚੂ ਜਿਹਦੇ ਚ ਇੱਕ ਹਾਥ ਪਿਸਤੌਲ ਫੜਿਆ ਹੋਇਆ ਜਿਹਨੇ ਮਾਈਕ੍ਰੋ ਲੋਡ ਵਾਇਰ ਨੂੰ ਮਾਰਿਆ ਉਸ ਦਾ ਸਟੈਚੂ ਜਿਹੜਾ ਹੈ ਔਰ ਉਹਨਾਂ ਨੇ ਲੋਕਾਂ ਨੇ ਉੱਥੇ ਇਕੱਠੇ ਹੋ ਕੇ ਪੁਲਿਸ ਦੇ ਖਿਲਾਫ ਔਰ ਦੂਜੇ ਵੀ ਪ੍ਰੋਟੈਸਟ ਕੀਤਾ ਕਿ ਭਈ ਤੁਸੀਂ ਪਾਰਕਾਂ ਦੇ ਵਿੱਚ ਔਰ ਆਲੇ ਦੁਆਲੇ ਲਾ ਦਿੰਨੇ ਉਹ ਸਟੈਚੂ ਬਣਾ ਕੇ ਲੇਕਿਨ ਨਾ ਉਹਦੀ ਕੋਈ ਪ੍ਰੋਟੈਕਸ਼ਨ ਹੁੰਦੀ ਹੈ ਨਾ ਉਹ ਜਿੱਦਾਂ ਕੋਈ ਕਿਸੇ ਵੀਆਈਪੀ ਨੇ ਆਣਾ ਹੁੰਦਾ ਉਹਦਾਂ ਰਾਤ ਨੂੰ ਰਗੜ ਕੇ ਸਾਫ਼ ਕਰ ਰਹੇ ਹੁੰਦੇ ਨੇ ਇਹ ਸਾਰੇ ਹੀ ਪੰਜਾਬ 'ਚ ਵੀ ਜਿਹੜੇ ਸਟੈਚੂਆਂ ਦਾ ਵੀ ਡਰਾਮਾ ਹੈ ਹੁਣ ਭਗਤ ਸਿੰਘ ਨੂੰ ਜਾਂ ਰਾਜਗੁਰੂ ਜਾਂ ਸੁਖਦੇਵ ਨੂੰ ਜਾਂ ਉਦਮ ਸਿੰਘ ਨੂੰ ਜਾਂ ਸਰਾਬੇ ਨੂੰ ਕੋਈ ਸਟੈਚੂਆਂ ਦੀ ਲੋੜ ਨਹੀਂ ਹੈ ਗੱਲ ਤਾਂ ਇਹ ਹੈ ਕਿ ਪਾਈ ਜਿਹੜੀ ਸੋਚ ਦੇ ਲਈ ਜਿਹੜੇ ਥਾਟ ਦੇ ਲਈ ਉਹਨਾਂ ਨੇ ਆਪਣੇ ਘਰ-ਬਾਰ ਛੱਡੇ ਪਰ ਜਵਾਨੀਆਂ ਦੇ ਵਿੱਚ ਹੱਸਦੇ-ਹੱਸਦੇ ਫਾਂਸੀ ਦੇ ਰੱਸਿਆਂ ਨੂੰ ਗਲ ਚ ਪਾਇਆ ਤੁਸੀਂ ਬੇਈਮਾਨ ਕਿਸਮ ਦੇ ਲੋਕ ਕਿਵੇਂ ਤੁਸੀਂ ਲੁੱਟ ਰਹੇ ਹੋ ਉਥੋਂ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਰੋਟੀ ਕਪੜਾ ਮਕਾਨ ਜਿਹੜੀ ਮਿਨੀਮਮ ਨੀਡ ਹੈ 75 ਸਾਲ ਹੋ ਗਏ ਨੇ 47 ਤੋਂ ਬਾਅਦ ਤੁਸੀਂ 40% ਦੀ ਤੋਂ ਜ਼ਿਆਦਾ ਆਬਾਦੀ ਬਿਲੋ ਦਾ ਪਾਵਰਟੀ ਲਾਈਨ ਹੈ ਜਸਟਿਸ ਨਾਂ ਦੀ ਕੋਈ ਚੀਜ਼ ਨਹੀਂ ਜੇ ਅੱਜ ਭਗਤ ਸਿੰਘ ਹੋਏ ਤੋ ਦੇਖੇ ਗਏ ਕਿ ਜੀ ਮੇਰੀ ਭੈਣ ਦੇ ਜਵਾਈ ਨੂੰ ਕਿਵੇਂ ਕੋ-ਕੋ ਕੇ ਪੁਲਿਸ ਨੇ ਮਾਰਿਆ ਔਰ 30 ਸਾਲ ਤੋਂ ਜ਼ਿਆਦਾ ਹੋਣ ਤੋਂ ਬਾਅਦ ਜੇ ਉਹਨੂੰ ਉਹ ਜੋ ਐਸਪੀ ਜਿਹੜਾ ਬਸਰਾ ਸੀ ਉਹਨੂੰ ਅੰਦਰ ਮਿਲਿਆ ਇਹ ਆਣ ਵਾਲੀ ਹਕੂਮਤ ਛੱਡ ਰਹੀ ਹੈ ਲੇਕਿਨ ਪ੍ਰੋਫੈਸਰ ਭੁੱਲਰ ਵਰਗੇ ਜਿਹੜੇ ਉਸੇ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰੇ ਉਹਨਾਂ ਦੀ ਜੇਲ ਟਰਮ ਪੂਰੀ ਹੋਣ ਦੇ ਬਾਵਜੂਦ ਪੋਲੀਟੀਕਲ ਜਿਹੜਾ 2019 ਚ ਐਮਨੇਸਟੀ ਦੇ ਬਾਵਜੂਦ ਉਹਨਾਂ ਨੂੰ ਛੱਡਣ ਤੋਂ ਇਨਕਾਰੀ ਨੇ ਤੇ ਕਿਹੜੇ ਭਗਤ ਸਿੰਘ ਦੀ ਸੋਚ ਦੇ ਉੱਤੇ ਖੜੇ ਨੇ ਔਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬੈਂਜੀ ਅਮਨਜੋਧ ਕੋਰਾ ਨੇ ਲਿਖਤ ਵੀ ਭੇਜੀ ਹੈ ਕਿ ਕਿਵੇਂ ਜੋ ਕੁਝ ਹਿਮਾਚਲ ਦੀ ਪੁਲਿਸ ਕਰ ਰਹੀ ਹੈ ਜਿਹੜੀਆਂ ਗੱਡੀਆਂ ਜਿਨ੍ਹਾਂ ਦੇ ਉੱਤੇ ਸੰਤ ਭਿੰਡਾਵਾਲਿਆਂ ਦੀ ਜਾਂ ਨਿਸ਼ਾਨ ਸਾਹਿਬ ਲੱਗੇ ਨੇ ਕਿਵੇਂ ਉਹਨਾਂ ਨੂੰ ਰੋਲ ਰਹੀ ਹੈ ਔਰ ਅਜੇ ਤੱਕ ਭਗਵੰਤ ਮਾਨ ਨੇ ਇੱਕ ਲਫ਼ਜ਼ ਵੀ ਇਸ ਦੇ ਉੱਤੇ ਨਹੀਂ ਕਿਹਾ ਹਾਲਾਂ ਉਹਨਾਂ ਨੇ ਕਿਹਾ ਵੀ ਅਮਰਿੰਦਰ ਸਿੰਘ ਜਾਂ ਬਾਦਲ ਜਦੋਂ ਵੀ ਕਿਤੇ ਪੰਜਾਬ ਤੋਂ ਬਾਹਰ ਕੋਈ ਕਿਸੇ ਪੰਜਾਬੀ ਨਾਲ ਕੋਈ ਵਾਕਿਆ ਹੁੰਦਾ ਸੀ ਉਹ ਸਭ ਤੋਂ ਪਹਿਲਾਂ ਲਿਖਦੇ ਵੀ ਸੀ ਪ੍ਰੋਟੈਸਟ ਵੀ ਕਰਦੇ ਸੀ ਤੇ ਇਹ ਭਗਤ ਸਿੰਘ ਦੀ ਸੋਚ ਨੂੰ ਜਿਹੜਾ ਉਹ ਵੇਚਣ ਵਾਲੇ ਜਿਹੜੇ ਲੋਕ ਨੇ ਅਲਟੀਮੇਟਲੀ ਉਸੇ ਦਾ ਹੀ ਲਾਇਲ ਜਿਹੜਾ ਉਹ ਜੁੱਤੀ ਚੱਟ ਹੈ ਤੇ ਉਹ ਕੇਜਰੀਵਾਲ ਤਾਂ ਆਪਣਾ ਸੌਦਾ ਵੇਚਣ ਤੇ ਲੱਗਾ ਹੋਇਆ ਹੈ ਔਰ ਅਸੀਂ ਗੱਲ ਕਰਾਂਗੇ ਕਿ ਭਾਈ ਕਿਵੇਂ ਜਿਹੜਾ ਅੱਜ ਪੰਜਾਬ ਇਨਾ ਵਲਨਰੇਬਲ ਬਣਾ ਦਿੱਤਾ ਗਿਆ ਔਰ ਵੈਸੇ ਇਹ ਰਾਜ ਸਭਾ ਮੈਂਬਰਾਂ ਦੇ ਮਾਮਲੇ ਚੰਗਾ ਹੋਇਆ ਬਹੁਤ ਸਾਰੇ ਜਿਹੜੇ ਅਦਰਵਾਈਜ਼ ਸੋਸ਼ਲ ਮੀਡੀਆ ਤੇ ਉਹਦੇ ਹਮਾਇਤੀ ਚੀਕਾਂ ਮਾਰਦੇ ਸੀ ਹੁਣ ਤੁਹਾਨੂੰ ਚੀਕਾਂ ਦੀ ਥਾਂ ਕਈ ਥਾਂ ਤੇ ਉਹ ਢਸਕਣ ਦੀ ਆਵਾਜ਼ ਆਉਂਦੀ ਹੈ ਉਹਨਾਂ ਦੇ ਹੌਕੇ ਸੁਣਦੇ ਨੇ ਕਿ ਭਾਈ ਤੁਸੀਂ ਲੋਕ ਪੁੱਛਦੇ ਨੇ ਵੀ ਆਹ ਤੁਹਾਡਾ ਕੰਮ ਹੈ ਕਿੱਥੇ ਗਈ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਕਿ ਭਾਈ ਰਾਜ ਸਭਾ ਬਣੀ ਕਾਦੇ ਲਈ ਹੈ ਉਹ ਉਹਨਾਂ ਸਟੇਟਾਂ ਦੀ ਪ੍ਰੋਪੋਰਸ਼ਨੇਟ ਰਿਪਰੈਜ਼ੈਂਟੇਸ਼ਨ ਹੈ ਔਰ ਤੁਸੀਂ ਸੀਟਾਂ ਕਰੋੜਾਂ ਦੀਆਂ ਉਹਨਾਂ ਨੂੰ ਵੇਚ ਰਹੇ ਹੋ ਜਿਹੜਾ ਲੁਧਿਆਣੇ ਦਾ ਹੈ ਉਹ ਭਾਜਪਾ ਦੀ ਐਗਜ਼ੈਕਟਿਵ ਦਾ ਮੈਂਬਰ ਹੈ ਦਿੱਲੀ ਦਾ ਔਰ ਇਨੇ ਉਹ ਲੁੱਟ ਕੇ ਖਾ ਗਿਆ ਲੁਧਿਆਣੇ ਦੇ ਲੋਕਾਂ ਨੂੰ ਕਿੰਨਿਆਂ ਦੇ ਅੱਜ ਇਸ ਦੇ ਉੱਤੇ ਇਵਨ ਵਿਰੋਧੀ ਧਿਰਾਂ ਨੇ ਵੀ ਜਿਹੜਾ ਉਸ ਦਾ ਬੈਕਗ੍ਰਾਉਂਡ ਦਿੱਤਾ ਹੈ ਲੇਕਿਨ ਜਿੱਥੇ ਹੈ ਹੀ ਸਭ ਕੁਝ ਝੂਠ ਦੇ ਉੱਤੇ ਖੜਾ ਹੈ ਜਿਵੇਂ ਇਹਨਾਂ 75 ਸਾਲਾਂ ਚ ਕਾਂਗਰਸ ਦੇ ਨਾਂ ਥੱਲੇ ਵੀ ਉਹੀ ਲੁੱਟ ਖਸੂਟ ਰਹੀ ਆਮ ਆਦਮੀ ਜਿਹੜਾ ਔਰ ਇਹੀ ਜਦੋਂ ਭਗਤ ਸਿੰਘ ਫਾਂਸੀ ਦੇ ਚੜਨ ਲੱਗਿਆ ਇਨਕਲਾਬ ਜ਼ਿੰਦਾਬਾਦ ਉਹਨਾਂ ਨੇ ਕਿਹਾ ਇਨਕਲਾਬ ਦਾ ਮਤਲਬ ਤਬਦੀਲੀ ਹੈ ਬਿਲਕੁਲ ਕਿ ਭਾਈ ਇਹ ਜਿਹੜਾ ਗਲਿਆ ਸੜਿਆ ਸਿਸਟਮ ਹੈ ਇਹਨੂੰ ਤੋੜ ਕੇ ਸੁੱਟਣਾ ਔਰ ਦੂਸਰਾ ਲੇਕਿਨ ਹੁਣ ਜੇ ਤੁਸੀਂ ਉਸ ਗਲੇ ਸੜੇ ਨੂੰ ਉਸ ਤੂੜੀ ਨੂੰ ਆਪਣੇ ਉੱਤੇ ਜਿਹੜਾ ਸਿਰ ਦੇ ਉੱਤੇ ਚੁੱਕ ਕੇ ਤੇ ਕਹੋ ਜੀ ਇਨਕਲਾਬ ਜ਼ਿੰਦਾਬਾਦ ਇਹ ਤਾਂ ਇਵੇਂ ਹੀ ਹੈ ਜਿਵੇਂ ਉਹ ਪੈਸੇ ਲੈਣ ਵਾਲੇ ਜਦੋਂ ਕੋਈ ਜਾ ਕੇ ਕਿਸੇ ਨੂੰ 100 ਦਿੰਦਾ ਸੀ ਤੇ ਪਿੱਛੇ ਗਾਂਧੀ ਦੀ ਫੋਟੋ ਲੱਗੇ ਹੁੰਦੀ ਉਹਨੇ ਐ ਅੱਥ ਕੀਤਾ ਹੁੰਦਾ ਸੀ ਕਹਿੰਦਾ ਦੇ ਗਾਂਧੀ ਕਿੰਨੇ ਕਹਿੰਦਾ ਐ ਉਹ ਕਹਿੰਦਾ ਵੀ ਆਹ ਆ ਇਹ 100 ਨਾਲ ਨਹੀਂ ਨਾ ਜਾਂ 1000 ਨਾਲ ਨਹੀਂ 5000 ਨਾਲ ਸੋ ਜੇ ਤੁਸੀਂ ਉਹੀ ਬਟਰਫਰੀਡੀ ਕੁਲ ਬਣਾਣਾ ਤੇ ਅੱਜ ਭਗਤ ਸਿੰਘ ਨੂੰ ਇਹ ਕੋਈ ਆਨਰ ਨਹੀਂ ਕਰ ਰਹਾ ਜਿਸ ਕਿਸਮ ਦੀ ਨੀਤੀ ਕੇਜਰੀਵਾਲ ਜਾਂ ਉਹਦੀ ਧਿਰਦੀ ਹੈ ਇਰਾਦਰ ਡਿਸ ਔਨਰ ਕਰ ਰਹੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਅਸੀਂ ਸਵੱਥਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਸੇ ਇਹ ਪੰਦਰਸ਼ਕਾਂ ਤੇ ਸ੍ਰੋਤਿਆਂ ਨੂੰ ਪੀਲ ਦੀ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀਏ ਜੀ ਪ੍ਰੋਗ ਪੰਥਕ ਚੈਨਲ ਹੈ ਔਰ ਟੀਵੀਏ 4 ਦੀ ਚਰਦੀ ਕਲਾ ਦੀ ਬਾਤ ਤੋਂ ਬਾਅਦ ਦੋਨੇਟ ਕਰੋ ਦੋਨੇਟ ਕਰਨ ਲਈ ਸਾਡੀ ਵੈਬਸਾਈਟ ਟੀਵੀ 4.taatv.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਦੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ ਰਿਪੋਰਟ ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-0137 ਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 ਯੂ ਐਸ اے ਜਾਂ ਫਿਰ ਤੁਸੀਂ ਸਾਨੂੰ ਫੋਨ RAI ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tvreport.tv ਅਸੀਂ ਤੁਹਾਡੇ ਤੈਦਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਉਸ ਉੱਥੇ ਲੈਨੇ ਬ੍ਰੇਕ ਵੀਵਰਜ਼ ਤੁਸੀਂ ਨਾਲ ਹੀ ਸਦਾ ਹੁੰਦੇ ਰਹਿਣਾ ਮਿਲਦੇ ਆਂ ਛੋਟੇ ਜਿਹੇ ਵਕਤ ਬਾਅਦ